ਮਨਜੀਤ ਸਿੰਘ ਫੇਰਮਣ ਵੱਲੋਂ ਆਪ ਸਭਨਾਂ ਨੂੰ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ ਅੱਜ ਦਾ ਪ੍ਰੋਗਰਾਮ ਐਡਮਿਸ਼ਨ ਡੇ ਲਈ ਲੈ ਕੇ ਹਾਜ਼ਰ ਹਾਂ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹੈਲਥ ਰਿਲੇਟਿਡ ਕੁਝ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਸਾਨੂੰ ਸਾਡੇ ਦਰਸ਼ਕਾਂ ਦੀ ਸਿਹਤ ਦਾ ਬਹੁਤ ਖਿਆਲ ਰਹਿੰਦਾ ਹੈ ਅੱਜ ਅਸੀਂ ਆਪਣੇ ਸਟੂਡੀਓ ਵਿੱਚ ਐਡਮਿੰਟਨ ਸ਼ਹਿਰ ਦੇ ਜਾਣੇ ਪਛਾਣੇ ਹਮੋਪੈਥੀ ਐਕਸਪਰਟ ਡਾਕਟਰ ਅਵਤਾਰ ਸਿੰਘ ਭੱਟੀ ਨੂੰ ਬੁਲਾਇਆ ਹੈ। ਆਓ ਜੀ ਇਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਬਹੁਤ-ਬਹੁਤ ਸასი ਸ਼ਕਲ ਮਨਜੀਤ ਸਿੰਘ ਜੀ ਤੁਹਾਨੂੰ ਵੀ ਤੇ ਸਾਰੇ ਹੀ ਪੰਜਾਬੀ ਨੈਸ਼ਨਲ ਇੰਟਰਨੈਸ਼ਨਲ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸასი ਸ਼ਕਲ। ਡਾਕਟਰ ਸਾਹਿਬ ਪ੍ਰੋਗਰਾਮ ਦਾ ਜਿਹੜਾ ਮਕਸਦ ਆ ਉਹ ਹੈਗਾ ਕਿ ਸਾਡੇ ਦਰਸ਼ਕਾਂ ਨੂੰ ਅਸੀਂ ਹੈਲਥ ਰਿਲੇਟਡ ਜਿਹੜੀਆਂ ਵੱਖ-ਵੱਖ ਪ੍ਰੋਬਲਮਸ ਨੇ ਜੀ ਉਹਨਾਂ ਬਾਰੇ ਅਵੇਅਰ ਕਰ ਸਕੀਏ। ਬਿਲਕੁਲ। ਤਾਂ ਕਿ ਉਹ ਆਪਣੇ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਿਹਤ ਦਾ ਖਿਆਲ ਰੱਖ ਸਕਣ ਤੰਦਰੁਸਤ ਰਹਿਣ ਬਿਲਕੁਲ ਜੀ ਸਾਡਾ ਵੀ ਇਹੀ ਮਕਸਦ ਹੈ ਜੀ ਜਿੰਨੀ ਜਾਣਕਾਰੀ ਦੇ ਸਕਦੇ ਆਪਾਂ ਦਰਸ਼ਕਾਂ ਨੂੰ ਵੱਧ ਤੋਂ ਵੱਧ ਕਿ ਆਪਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਹੈਲਦੀ ਰੱਖਣਾ ਉਸੇ ਲਈ ਅਸੀਂ ਇਸ ਤਰ੍ਹਾਂ ਦਾ ਮਤਲਬ ਆਪਣੇ ਵੱਲੋਂ ਤਿਆਰ ਕਰਕੇ ਲਿਆਉਣਾ ਹੈ ਕਿ ਵੱਧ ਤੋਂ ਵੱਧ ਵਧੀਆ ਜਾਣਕਾਰੀ ਦਿੱਤੀ ਜਾ ਸਕੇ ਜੀ ਸੋ ਅੱਜ ਫਿਰ ਕਿਸ ਟੌਪਿਕ ਦੀ ਜਿਹੜੀ ਸਾਂਝਾ ਆਪਣੇ ਦਰਸ਼ਕਾਂ ਨਾਲ ਪਾਉਣੀ ਆਪਾਂ ਦੇਖੋ ਆ ਜਿੱਥੇ ਤੱਕ ਮੈਂ ਸਟੱਡੀ ਕੀਤੀ ਬਾਡੀ ਦੀ ਕਿ ਬਾਡੀ ਦਾ ਕਿਹੜਾ ਇਹੋ ਜਿਹਾ ਆਰਗਨ ਹੈ ਜਿਹਦੇ ਸਭ ਤੋਂ ਜ਼ਿਆਦਾ ਫੰਕਸ਼ਨ ਨੇ ਔਰ ਸਭ ਤੋਂ ਵੱਡਾ ਲਾਰਜੈਸਟ ਆਰਗਨ ਹੈ ਤਾਂ ਉਹਦੇ ਵਿੱਚ ਫਿਰ ਮੇਰੀ ਸਟੱਡੀ ਆਈ ਵੀ ਲਿਵਰ ਠੀਕ ਹੈ ਜੀ ਕਿ ਆਪਾਂ ਲਿਵਰ ਬਾਰੇ ਜ਼ਰੂਰ ਡਿਸਕਸ ਕਰੀਏ ਕਿ ਲਿਵਰ ਹੁੰਦਾ ਕੀ ਹੈ ਕਿਉਂਕਿ ਦਰਸ਼ਕਾਂ ਦੇ ਵਿੱਚ ਲਿਵਰ ਦੇ ਬਾਰੇ ਬਹੁਤ ਪ੍ਰੋਬਲਮਸ ਨੇ ਬਹੁਤ ਅਵੇਅਰ ਰਹਿਣਾ ਚਾਹੁੰਦੇ ਨੇ ਪਰ ਕੁਝ ਉਹਨਾਂ ਨੂੰ ਜਾਣਕਾਰੀ ਨਹੀਂ ਵੀ ਲਿਵਰ ਕਿੰਨਾ ਕੁ ਸਾਡਾ ਇੰਪੋਰਟੈਂਟ ਆਰਗਨ ਜੀ ਜੀ ਤੇ ਇੱਕ ਨਾ ਹਿੰਦੀ ਚ ਗੀਤ ਆਇਆ ਸੀਗਾ ਜੀ ਨਜ਼ਰ ਕੇ ਸਾਹਮਣੇ ਜਿਗਰ ਕੇ ਪਾਸ ਜਿਗਰ ਜਿਗਰ ਲਿਵਰੀ ਹੁੰਦਾ ਹੈ ਜੀ ਹਾਂ ਤੇ ਉਹ ਸਾਡੇ ਦਰਸ਼ਕਾਂ ਨੂੰ ਆਪਾਂ ਇੱਥੇ ਸ਼ੁਰੂਆਤ ਕਰੀਏ ਵੀ ਜਿਗਰ ਕੇ ਪਾਸ ਹਿਊਮਨ ਬਾਡੀ ਵਿੱਚ ਹੋਰ ਕੀ ਕੀ ਨੇ ਜਾਂ ਬਾਡੀ ਦੇ ਵਿੱਚ ਹੈ ਕਿੱਥੇ ਐਗਜ਼ੈਕਟਲੀ ਜਿਗਰ ਜੀ ਲਿਵਰ ਸਾਡਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਭ ਤੋਂ ਲਾਰਜੈਸਟ ਆਰਗਨ ਹੈ ਸਕਿਨ ਤੋਂ ਬਾਅਦ ਸੈਕੰਡ ਜਿਹੜਾ ਗਲੈਂਡ ਹੈ ਉਹ ਲਿਵਰ ਹੈ ਇਹ ਸਾਡੀ ਬਾਡੀ ਦੇ ਵਿੱਚ ਰਾਈਟ ਸਾਈਡ ਦੇ ਉੱਤੇ ਤਕਰੀਬਨ ਇਹ ਕਹ ਲਓ ਕਿ ਜਿੱਦਾਂ ਜਿੱਥੇ ਸਾਡੀਆਂ ਰੇਬਸ ਜੜੀਆਂ ਆ ਚੈਸਟ ਦੀਆਂ ਜੜੀਆਂ ਹੁੰਦੀਆਂ ਪਸਲੀਆਂ ਉਹ ਜਿੱਥੇ ਖਤਮ ਹੁੰਦੀਆਂ ਉਹਦੇ ਥੱਲੇ ਪਿਆ ਹੁੰਦਾ ਹੈ ਲਾਰਜੇਸਟ ਆਰਗਨ ਹੈ ਔਰ ਸੱਜੇ ਹੱਥ ਨੂੰ ਇਹਦੇ ਜ਼ਿਆਦਾ ਹਿੱਸਾ ਹੁੰਦਾ ਆ ਪਰ ਇਹ ਥੋੜਾ ਲਾਰਜੇਸਟ ਹੋਣ ਕਰਕੇ ਖੱਬੇ ਤੱਕ ਵੀ ਚੱਲੇ ਜਾਂਦਾ ਆ ਪਰ ਇਹ ਚੈਸਟ ਦੇ ਯਾਨੀ ਕਿ ਥੱਲੇ ਵਾਲੇ ਪਾਰਟ ਤੇ ਅਬਡੋਮਨ ਦੇ ਉੱਪਰ ਇਹ ਲੋਕੇਸ਼ਨ ਹੁੰਦੀ ਹੈ ਇਹਦੀ ਠੀਕ ਹੈ ਜੀ ਤੇ ਇਹਦੀ ਹਿਊਮਨ ਬਾਡੀ ਵਿੱਚ ਅਹਿਮੀਅਤ ਕੀ ਆ ਕਿੰਨੀ ਕਿ ਇੰਪੋਰਟੈਂਸ ਕਿੰਨਾ ਕਿ ਸਿਗਨੀਫੀਕੈਂਟ ਆਰਗਨ ਹੈ ਦੇਖੋ ਮੈਂ ਜਿਸ ਤਰ੍ਹਾਂ ਦੱਸਿਆ ਸਭ ਤੋਂ ਇੰਪੋਰਟੈਂਟ ਆਰਗਨ ਜੇਕਰ ਫੰਕਸ਼ਨਿੰਗ ਦੀ ਅੰਦਰ ਕਰੀਏ ਹਨਾ ਤਾਂ ਜਿਵਰ ਹੈ ਇਹਦੇ ਬਾਡੀ ਦੇ ਵਿੱਚ 500 ਤੋਂ ਜ਼ਿਆਦਾ ਫੰਕਸ਼ਨ ਨੇ ਅੱਛਾ ਜੀ ਜੇ ਆਪਾਂ ਐਗਜ਼ੈਕਟ ਕਿ 506 ਵੀ ਲਿਖਦੇ ਆ ਬੁੱਕਸ ਹਾਂਜੀ ਪਰ ਫਿਰ ਵੀ 500 ਤੋਂ ਜ਼ਿਆਦਾ ਬਾਡੀ ਦੇ ਵਿੱਚ ਫੰਕਸ਼ਨ ਹੈ ਔਰ ਇਥੋਂ ਹੀ ਪਤਾ ਲੱਗਦਾ ਹੈ ਕਿ ਸ ਕਿੰਨਾ ਇੰਪੋਰਟੈਂਟ ਆਰਗਨ ਹੈ ਜਿਹੜਾ ਜਿਸ ਜਿਹੜਾ ਆਰਗਨ ਜਿਹੜੀ ਬੋਡੀ ਦੇ ਵਿੱਚ 506 ਕੰਮ ਕਰਦਾ ਹੋਵੇ ਤੇ ਉਹ ਉਹਦੀ ਅਹਿਮੀਅਤ ਕਿੰਨੀ ਆ ਸਾਡੇ ਉਹਨੂੰ ਕਿੰਨਾ ਬਚਾਉਣਾ ਆ ਇਹ ਸਾਡੇ ਲਈ ਬਹੁਤ ਜ਼ਰੂਰੀ ਆ ਬਿਲਕੁਲ ਜੀ ਤੇ ਡਾਕਟਰ ਸਾਹਿਬ ਜੇ ਆਪਾਂ 500 ਕੰਮ ਗਰਾਉਣ ਬੈਗੇ ਤੇ ਇੱਥੇ ਤੇ ਮੈਨੂੰ ਲੱਗਦਾ ਵੀ ਦਿਹਾੜੀ ਪੈ ਜਾਊਗੀ ਜੀ ਫਿਰ ਵੀ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੇ ਜਿਗਰ ਦੇ ਆ ਲਿਵਰ ਦੇ ਮੁੱਖ ਕੰਮ ਨੇ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸੰਝੇ ਕੀਤੇ ਜਾਣ ਜੀ ਬਿਲਕੁਲ ਅ ਦੇਖੋ ਕੁਛ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਲਿਵਰ ਪ੍ਰੋਡਿਊਸ ਕੀ ਕਰਦਾ ਹੈ ਕੀ ਕੀ ਬਣਾਉਂਦਾ ਕੀ ਹੈ ਇਹ ਪ੍ਰੋਡਕਸ਼ਨ ਕੀ ਹੈ ਹੈ ਨਾ ਸੋ ਪ੍ਰੋਡਕਸ਼ਨ ਦੇ ਵਿੱਚ ਆਪਣਾ ਪਹਿਲਾ ਜਿਹੜਾ ਪ੍ਰੋਗਰਾਮ ਹੈ ਪਹਿਲਾ ਲਿਵਰ ਦਾ ਫੰਕਸ਼ਨ ਹੈ ਉਹ ਹੈਗਾ ਕਿ ਬਾਈਲ ਜਿਹੜਾ ਹੈਗਾ ਹੈ ਨਾ ਬਾਈਲ ਇੱਕ ਜੂਸ ਹੁੰਦਾ ਜਿਹੜਾ ਕਿ ਲਿਵਰ ਪ੍ਰੋਡਿਊਸ ਕਰਦਾ ਔਰ ਇਹ ਇੰਟੈਸਟਾਈਨ ਦੇ ਵਿੱਚ ਲਿਆ ਕੇ ਛੱਡਦਾ ਠੀਕ ਹੈ ਔਰ ਇੰਟਸਟਾਈਨ ਦੇ ਵਿੱਚ ਬਾਈਲ ਦੀ ਹੈਲਪ ਨਾਲ ਡਾਈਜੈਸਟਿਵ ਸਿਸਟਮ ਚੱਲਦਾ ਸੋ ਡਾਈਜੈਸਟਿਵ ਸਿਸਟਮ ਨੂੰ ਹੈਲਪ ਕਰਦਾ ਹੈਲਪ ਕਰਦਾ ਜੀ ਲਿਵਰ ਪ੍ਰੋਡਿਊਸ ਕਰਦਾ ਹੁਣ ਇਹ ਇਹ ਦੇਖੋ ਬਾਈਲ ਜਿਹੜਾ ਹੈ ਇਹ ਕਿੱਥੋਂ ਬਣਦਾ ਹੈ ਨਾ ਬਾਈਲ ਜਿਹੜੀ ਸਾਡੀ ਫੈਟ ਹੈ ਉੱਥੋਂ ਬਣਦਾ ਜਿਹੜੀ ਅਸੀਂ ਖਾਂਦੇ ਆ ਜੀ ਪਲੱਸ ਜਿਹੜਾ ਦੇਖੋ ਇਹ ਜਿਹੜੇ ਆਰ ਬੀ ਸੀ ਹੁੰਦੇ ਆ ਸਾਡੇ ਰੈੱਡ ਬਲੱਡ ਸੈੱਲ ਜਿਹੜੇ ਹੁੰਦੇ ਆ ਉਹਦੀ ਯੂਸੂਲੀ ਜਿਹੜੀ ਲਾਈਫ ਹੁੰਦੀ ਆ ਉਹ 20 ਤੋਂ 120 ਦਿਨ ਹੁੰਦੀ ਆ ਅੱਛਾ ਜੀ 120 ਦਿਨ ਦੇ ਵਿੱਚ ਵਿੱਚ ਜਿਹੜਾ ਸਾਡਾ ਖੂਨ ਹੈ ਉਹ ਸਾਰਾ ਚੇਂਜ ਹੋ ਜਾਂਦਾ ਜੀ ਪੁਰਾਣਾ ਖਤਮ ਹੋ ਜਾਂਦਾ ਨਵਾਂ ਆ ਜਾਂਦਾ ਹੁਣ ਉਹ ਖਤਮ ਜਿਹੜਾ ਹੁੰਦਾ ਉਸੇ ਨੂੰ ਫਿਰ ਯੂਜ਼ ਕਰਕੇ ਇਹ ਬਾਇਲ ਜੂਸ ਬਣਾ ਦਿੰਦਾ ਠੀਕ ਹੈ ਜੀ ਉਸੇ ਤੋਂ ਹੀ ਹੈਨਾ ਬਾਇਲ ਪਿਗਮੈਂਟ ਵੀ ਬਣਾ ਦਿੰਦਾ ਹੈ ਬਾਇਲ ਜੂਸ ਵੀ ਬਣਾ ਦਿੰਦਾ ਹੈ ਜਿਹੜੀ ਅਸੀਂ ਫੈਟ ਖਾਂਦੇ ਆ ਉਸੇ ਤੋਂ ਹੀ ਬਾਇਲ ਬਣਾ ਕੇ ਇਹ ਤੁਹਾਡੇ ਅੰਤੜੀਆਂ ਦੇ ਵਿੱਚ ਡਾਈਜੈਸਟਿਵ ਸਿਸਟਮ ਨੂੰ ਬਣਾਉਣ ਦੇ ਵਿੱਚ ਹੈਲਪ ਕਰਦਾ ਜੀ ਹੁਣ ਉਸ ਤੋਂ ਬਾਅਦ ਜਿੱਦਾਂ ਮੈਂ ਕੋਲੇਸਟ੍ਰੋਲ ਦੀ ਗੱਲ ਕਰਾਂ ਕੋਲੇਸਟ੍ਰੋਲ ਵੀ ਲਿਵਰ ਪ੍ਰੋਡਿਊਸ ਕਰਦਾ ਹੈ ਨਾ ਅੱਛਾ ਜੀ ਸੋ ਉਸ ਤੋਂ ਬਾਅਦ ਦੇਖੋ ਫਾਈਬਰੋਜਨ ਤੇ ਹਪੈਰਨ 2 ਇੱਕ ਥੋੜੇ ਮੈਡੀਕਲ ਵਰਡ ਨੇ ਪਰ ਬਲੱਡ ਨੂੰ ਬਲੱਡ ਨੂੰ ਇੱਕ ਕਲੋਟਿੰਗ ਸ਼ਬਦ ਸੁਣਿਆ ਹੋਣਾ ਬਲਕਿਨ ਜੰਮਦਾ ਕਲੋਟ ਹੋ ਜਾਂਦਾ ਯਾਰ ਯਾ ਉਹ ਫਾਈਬਰੋਜਨ ਹੈ ਜਿਹੜਾ ਸਬਸਟੈਂਸ ਹੈ ਪ੍ਰੋਟੀਨ ਹੈ ਇਹ ਲਿਵਰ ਬਣਾਉਂਦਾ अच्छा जी ਇਹ ਲਿਵਰ ਬਣਾ ਕੇ ਸਾਡੇ ਖੂਨ ਦੇ ਵਿੱਚ ਆਲਵੇਸ ਪ੍ਰੈਜੈਂਟ ਰੱਖਦਾ ਔਰ ਇਹ ਜਦੋਂ ਹੀ ਸਾਡੇ ਕਿਤੇ ਸੱਟ ਲੱਗਦੀ ਆ ਉੱਥੇ ਹੀ ਇਹ ਰਾਈਟ ਵੇ ਇਹ ਫਾਈਬਰੋਜਨ ਪ੍ਰੋਡਿਊਸ ਹੋ ਕੇ ਉਸ ਜਗ੍ਹਾ ਤੋਂ ਬਲੌਕ ਕਰ ਦਿੰਦਾ ਤਾਂ ਕਿ ਬਲੀਡਿੰਗ ਉੱਥੇ ਰੁਕ ਜਾਏ ਠੀਕ ਹੈ ਜੀ ਹੁਣ ਟੈਂਕੀ ਆ ਆਪਣੀ ਖੇਤਾਂ ਦੇ ਆਪਣੇ ਘਰਾਂ ਚ ਹੁੰਦੀ ਆ ਹੋਲ ਹੋ ਜਵੇ ਸਾਰਾ ਪਾਣੀ ਨਿਕਲ ਜਾਣਾ ਬਿਲਕੁਲ ਨਿਕਲ ਜਾ ਜੀ ਇਦਾਂ ਬਾਡੀ ਚੋਂ ਜੇ ਨਿਕਲ ਜਾਂਦਾ ਹੂੰ ਬੋਡੀ ਖਤਮ ਹੋ ਗਈ ਬੋਡੀ ਖਤਮ ਆ ਜੀ ਹਾਂ ਬਿਲਕੁਲ ਸੋ ਫਾਈਬਰੋਜਨ ਜਿਹੜਾ ਹੈਗਾ ਆ ਇਹ ਸਾਡੀ ਕਲੋਟਿੰਗ ਦੇ ਵਿੱਚ ਹੈਲਪ ਕਰਦਾ ਤੇ ਲਿਵਰੀ ਨੂੰ ਪ੍ਰੋਡਿਊਸ ਕਰਦਾ ਅੱਛਾ ਹੁਣ ਕਲੋਟਿੰਗ ਕਰਤੀ ਕਲੋਟੇ ਤਾਂ ਹੋ ਗਿਆ ਪਰ ਹੁਣ ਜੇਕਰ ਇਹੀ ਕਲੋਟ ਸਾਡੀਆਂ ਨਾੜੀਆਂ ਚ ਜੰਮ ਜੇ ਫਿਰ ਨਾੜੀਆਂ ਬਲੌਕ ਹੋ ਜਾਣਗੀਆਂ ਬਿਲਕੁਲ ਹੈਨਾ ਫ੍ਰੀਜ਼ ਹੋ ਜਾਣਗੀਆਂ ਜੀ ਤੇ ਨਾਲ ਹੀ ਹੈਪੈਰਨ ਬਣਾਤਾ ਹੂੰ ਹੂੰ ਪਹਿਲਾਂ ਫਾਈਬਰੋਜਨ ਬਣਾਇਆ ਹੈਪੈਰਨ ਬਣਾਤਾ ਤਾਂ ਕਿ ਕਲੋਟ ਵੀ ਨਾ ਹੋਵੇ ਸੋ ਨੈਗੇਟਿਵ ਪੋਜ਼ਿਟਿਵ ਦੋਨੋਂ ਕਰ ਸਕਦਾ ਹੈ ਕੋਈ ਇਹਨੇ ਲਿਵਰ ਨੇ ਕਰਦਾ ਵੀ ਜੀ ਤੁਹਾਡੀ ਬੋਡੀ ਦੇ ਵਿੱਚ ਤਾਂ ਕਿ ਕਿਸੇ ਜਗ੍ਹਾ ਤੇ ਜਾ ਕੇ ਖੂਨ ਖੂਨ ਉਦੋਂ ਹੀ ਇਹ ਫਾਈਬਰੋਜਨ ਪ੍ਰੋਡਿਊਸ ਹੁੰਦਾ ਜਦੋਂ ਬਾਹਰਲੀ ਸਕਿਨ ਦੇ ਕੋਈ ਜਾਂ ਅੰਦਰਲੀ ਵੀ ਕਿਸੇ ਪਾਸੇ ਵੀ ਜਦੋਂ ਬਲੀਡਿੰਗ ਹੁੰਦੀ ਆ ਜੀ ਤੇ ਨਾਲ ਨਾਲ ਇਹ ਬਚਾਉਂਦਾ ਵੀ ਆ ਹਮ ਹੁਣ ਉਸ ਤੋਂ ਬਾਅਦ ਜਿਹੜਾ ਹੈਗਾ ਆ ਹੀਟ ਨੂੰ ਵੀ ਇਹ ਪ੍ਰੋਡਿਊਸ ਕਰਦਾ ਹਨਾ ਬੋਡੀ ਦੇ ਵਿੱਚ ਹਾਂ ਜਿੱਦ ਕਈਆਂ ਦੇ ਵਿੱਚ ਫਿਰ ਇਹ ਜਦੋਂ ਇੰਬੈਲੈਂਸ ਹੋ ਜਾਂਦਾ ਆ ਤਾਂ ਕਈ ਵੇਲੇ ਸਕਿਨ ਦੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਆ ਕਈ ਵਾਰ ਸੁਣਿਆ ਵੀ ਕਹਿੰਦੇ ਜਿਗਰ 'ਚ ਗਰਮੀ ਪੈ ਗਈ ਜਿਗਰ 'ਚ ਗਰਮੀ ਪੈ ਗਈ ਬਿਲਕੁਲ ਇਹ ਹੀ ਹੀਟ ਵੀ ਪ੍ਰੋਡਿਊਸ ਕਰਦਾ ਆ ਫਿਰ ਹੁਣ ਇਸ ਤੋਂ ਬਾਅਦ ਆ ਗਏ ਆਪਾਂ ਮੈਟਾਬੋਲਿਜ਼ਮ ਕਰਦੇ ਆ ਗੱਲ ਵੀ ਇੱਕ ਤਾਂ ਪ੍ਰੋਡਕਸ਼ਨ ਹੋ ਗਈ ਹੁਣ ਮੈਟਾਬੋਲਿਜ਼ਮ ਮੈਟਾਬੋਲਿਜ਼ਮ ਦਾ ਮਤਲਬ ਹੁੰਦਾ ਆ ਕਿ ਅਸੀਂ ਖਾਣੇ ਜਿਹੜੀ ਹਰ ਇੱਕ ਚੀਜ਼ ਉਹ ਹੁਣ ਡਾਈਜੈਸਟ ਹੁਣ ਸੇਵ ਨੇ ਸਿੱਧਾ ਤਾਂ ਕਿਤੇ ਨਹੀਂ ਜਾਣਾ ਬਿਲਕੁਲ ਪਾਲਕ ਨੇ ਵੀ ਹਰੀਆਂ ਚੀਜ਼ਾਂ ਕੋਈ ਵੀ ਚੀਜ਼ ਅਸੀਂ ਜਦੋਂ ਮੂੰਹ ਚੋਂ ਨਗਾਨੇ ਆ ਉਹ ਆਮ ਤੌਰ ਤੇ ਉੱਚ ਤਿੰਨ ਚੀਜ਼ਾਂ ਹੁੰਦੀਆਂ ਪ੍ਰੋਟੀਨ ਕਾਰਬੋਹਾਈਡਰੇਟਸ ਤੇ ਫੈਟ ਜੀ ਤਿੰਨਾ ਚੀਜ਼ਾਂ ਦੀ ਮੈਟਾਬੋਲਿਜ਼ਮ ਲਿਵਰ ਕਰਦਾ ਵਾਈਲ ਜਿਹੜਾ ਮੈਂ ਦੱਸਿਆ ਸੀ ਕਿ ਬਾਇਲ ਸਾਲਟ ਜਾਂ ਬਾਇਲ ਜੁਗਮੈਂਟ ਹੈ ਬਾਇਲ ਜੂਸ ਹੈ ਇਹਦੇ ਰਾਹੀਂ ਹੈਲਪ ਦੇ ਨਾਲ ਇਹ ਮੈਟਾਬੋਲਿਜ਼ਮ ਕਰਦਾ ਠੀਕ ਹੈ ਜੀ ਮੈਟਾਬੋਲਿਜ਼ਮ ਕਰਕੇ ਆਪਣੇ ਆਪ ਦੇ ਵਿੱਚ ਇਹ ਸਟੋਰ ਵੀ ਕਰਦਾ ਉਹਨਾਂ ਨੂੰ ਅੱਛਾ ਜੀ ਠੀਕ ਹੈ ਜਿੱਦਾਂ ਜੇ ਕਾਰਬੋਹਾਈਡਰੇਟਸ ਆ ਹਨਾ ਕਾਰਬੋਹਾਈਡਰੇਟ ਇੱਕ ਗਲੂਕੋਜ਼ ਹੈ ਜੀ ਠੀਕ ਹੈ ਉਹਨੂੰ ਪਹਿਲਾਂ ਡਾਈਜੈਸਟ ਕਰਕੇ ਉਹਦੇ ਚੋਂ ਗਲੂਕੋਜ਼ ਕੱਢਦਾ ਜਿੱਦਾਂ ਕਣਕ ਚ ਕਾਰਬੋਹਾਈਡਰੇਟ ਹੈ ਬਿਲਕੁਲ ਉੱਚੋਂ ਗਲੂਕੋਜ਼ ਕੱਢ ਲਈ ਗਲੂਕੋਜ਼ ਕੱਢ ਕੇ ਬਾਡੀ ਨੂੰ ਦੇ ਦਿੱਤੀ ਬਾਡੀ ਨੇ ਜਿਸ ਜਿੰਨੀ ਗਲੂਕੋਜ਼ ਚਾਹੀਦੀ ਹੈ ਲੈ ਲਈ ਜਿਹੜੀ ਗਲੂਕੋਜ਼ ਵੱਧ ਗਈ ਹੁਣ ਤੁਸੀਂ ਤਾਂ ਦੋ ਰੋਟੀਆਂ ਚਾਹੀਦੀਆਂ ਸੀ ਤੁਸੀਂ ਚਾਰ ਖਾ ਲਈਆਂ ਹੂੰ ਹੁਣ ਉਹ ਉਹ ਬਾਡੀ ਚ ਕਿੱਧਰ ਜਾਵੇ ਜੀ ਲਿਵਰ ਫਿਰ ਉਹਨੂੰ ਗਲੂਕੋਜ਼ ਨੂੰ ਗਲਾਈਕੋਜਨ ਦੇ ਰੂਪ ਚ ਕਨਵਰਟ ਕਰਦਾ ਫਿਰ ਉਹਨੂੰ ਸਟੋਰ ਕਰਦਾ ਸਟੋਰੇਜ ਕਰਦਾ ਠੀਕ ਹੈ ਫੈਟ ਆ ਹੁਣ ਤੁਹਾਨੂੰ ਚਾਹੀਦੀ ਤਾਂ ਥੋੜੀ ਫੈਟ ਸੀ ਤੁਸੀਂ ਜ਼ਿਆਦਾ ਖਾ ਲਈ ਪ੍ਰੋਟੀਨ ਹੈ ਹੁਣ ਮੈਨੂੰ ਕੀ ਪਤਾ ਮੇਰੀ ਬਾਡੀ ਨੂੰ ਕਿੰਨੀ ਚਾਹੀਦੀ ਆ ਮੈਂ ਤਾਂ ਡੱਬੇ ਪ੍ਰੋਟੀਨ ਵਾਲਾ ਡੱਬਾ ਹੀ ਉਹ ਚਮਚੇ ਜਿਹੜੇ ਖਾਂਦੇ ਉਹ ਹੁਣ ਪ੍ਰੋਟੀਨ ਜਾਵੇ ਕਿੱਥੇ ਜੀ ਇਹ ਉਹਨੂੰ ਮੈਟਾਬੋਲਿਜ਼ਮ ਕਰਦਾ metabolism ਕਰਕੇ ਉਹਨੂੰ ਸਟੋਰ ਕਰਦਾ ਅੱਛਾ ਜੀ ਜਿਹੜੀ ਪ੍ਰੋਟੀਨ ਹੈ ਉਹਨੂੰ ਕਾਰਬੋਹਾਈਡਰੇਟ ਚ ਕਨਵਰਟ ਕਰਦਾ ਸੋ ਸਟੋਰੇਜ ਵੀ ਕਰਦਾ metabolisim ਵੀ ਕਰਦਾ ਕਨਵਰਸ਼ਨ ਵੀ ਕਰਦਾ ਮੰਨ ਲਓ ਅਸੀਂ ਭੁੱਖੇ ਰਹਿ ਗਏ ਸਾਡੇ ਮਸਲ ਨੂੰ ਪ੍ਰੋਟੀਨ ਚਾਹੀਦੀ ਆ ਸਾਡੇ ਸੈੱਲਾਂ ਨੂੰ એનર્ਜੀ ਚਾਹੀਦੀ ਆ ਸੈੱਲਾਂ ਨੂੰ એનર્ਜੀ ਮਿਲਣੀ ਗਲੂਕੋਜ਼ ਤੋਂ ਜੀ ਫੈਟ ਹੈ ਫਿਰ ਉਹ ਗਲਾਈਕੋਜਨ ਪਹਿਲਾਂ ਤਾਂ ਗਲੂਕੋਜ਼ ਤੋਂ ਗਲਾਈਕੋਜਨ ਬਣਾਈ ਜਦੋਂ ਲੋਡ ਪੈ ਗਈ ਸੈੱਲਾਂ ਨੂੰ ਨਹੀਂ ਮਿਲੀ ਫਿਰ ਉਹਨੂੰ ਗਲੂਕੋਜ਼ ਚ ਕਨਵਰਟ ਕਰਕੇ ਭੇਜਦਾ ਸੁਪਰ ਕਨਵਰਟਰ ਵੀ ਆ ਲੇ ਭਾਈ ਤੂੰ ਮਤਲਬ ਸੈੱਲਾਂ ਨੂੰ ਡੈੱਡ ਹੋਣ ਤੋਂ ਬਚਾਉਂਦਾ। ਜੀ। ਸੋ ਇਹ ਬਹੁਤ ਵੱਡਾ ਇਹ ਜਿਹੜਾ ਬਾਡੀ ਦੇ ਵਿੱਚ ਪਾਰਟ ਹੈ ਕਿ ਪਹਿਲਾਂ ਮੈਟਾਬੋਲਿਜ਼ਮ ਕਰਦਾ ਫਿਰ ਸਟੋਰ ਕਰਦਾ ਲੋਡ ਪੈਣ ਤੇ ਫਿਰ ਛੱਡ ਵੀ ਦਿੰਦਾ। ਫਿਰ ਸਪਲਾਈ ਵੀ ਕਰਦਾ ਬਾਪੂ। ਜੋ ਸਪਲਾਈ ਵੀ ਕਰਦਾ। ਸੋ ਇਹ ਲਿਵਰ ਦਾ ਬਹੁਤ ਇੰਪੋਰਟੈਂਟ ਆਰਗਨ ਹੈ। ਉਸ ਤੋਂ ਬਾਅਦ ਜਿੱਦਾਂ ਮੈਂ ਦੱਸਿਆ ਕਿ ਸਟੋਰ ਵੀ ਕਰਦਾ ਹੈਗਾ ਇਹ ਤਿੰਨਾਂ ਦੇ ਨਾਲ-ਨਾਲ ਕੁਝ ਆਇਰਨ, ਕੁਝ ਕਾਪਰ ਇਦਾਂ ਦੀਆਂ ਚੀਜ਼ਾਂ ਨੂੰ ਵੀ ਸਟੋਰ ਕਰਦਾ ਹਨਾ। ਜੀ। ਦੇ ਨਾਲ ਨਾਲ ਫਿਰ ਇਸ ਤੋਂ ਬਾਅਦ ਆਪਾਂ ਜੇ ਕਰੀ ਦਾ ਹੂਰ ਫੰਕਸ਼ਨ ਆਪਾਂ ਕਹਿੰਨੇ ਆ ਕਿ ਜਿੱਦਾਂ ਮੈਂ ਦੱਸਿਆ ਕਿ ਸਾਡਾ ਇਮਿਊਨ ਜਿਹੜਾ ਸਿਸਟਮ ਹੈ ਉਹ ਨੂੰ ਵੀ ਇਹ ਜਿਦਾਈ ਦੇ ਸੈੱਲ ਅੰਦਰ ਬਾਡੀ ਦੇ ਬਣਦੇ ਆ ਜਿਹੜੇ ਸਾਡੇ ਇਮਿਊਨਿਟੀ ਨੂੰ ਵਧਾਉਂਦੇ ਆ ਸੋ ਇਸ ਕਰਕੇ ਇਹਦੇ ਇਸ ਤਰ੍ਹਾਂ ਕਾਫੀ ਫੰਕਸ਼ਨਸ ਨੇ ਬਾਡੀ ਦੇ ਵਿੱਚ ਕੋਲੇਸਟ੍ਰੋਲ ਜਿੱਦਾਂ ਮੈਂ ਦੱਸਿਆ ਇਹ ਵੀ ਇੱਕ ਪ੍ਰੋਡਿਊਸ ਕਰਦਾ ਆ ਤੇ ਕੋਲੇਸਟ੍ਰੋਲ ਜਿਹੜੀ ਸਾਡੇ ਜਿਹੜੀ ਸਾਡੀ ਜਿੱਦਾਂ ਗੁੱਡ ਗੁੱਡ ਕੋਲੇਸਟ੍ਰੋਲ ਹੈ ਉਹ ਨੂੰ ਕਹਿੰਦੇ ਉਹ ਵੀ ਇਹ ਹੀ ਬਣਾਉਂਦਾ ਆ। ਉਹ ਇਸ ਦੇ ਨਾਲ ਫਿਰ ਬੋਡੀ ਦੇ ਵਿੱਚੋਂ ਜਿਹੜੀ ਕੋਲੇਸਟੇਰੋਲ ਡਿਪੋਜ਼ਿਟ ਨਹੀਂ ਹੁੰਦੀ ਤੇ ਦੁਬਾਰਾ ਇਹ ਖਿੱਚ ਕੇ ਲਿਆ ਕੇ ਉਹਨੂੰ ਬਾਇਲ ਬਣਾ ਕੇ ਫਿਰ ਉਹਨੂੰ ਇਸੇ ਤਰ੍ਹਾਂ ਇੰਟੈਸਟਾਈਨ ਦੇ ਵਿੱਚ ਛੱਡ ਦਿੰਦਾ। ਕੋਈ ਪਿਉਰੀਫਿਕੇਸ਼ਨ ਦਾ ਵੀ ਕੰਮ ਕਰਦਾ ਜੇਕਰ ਬਿਲਕੁਲ ਜੀ ਬਹੁਤ ਵਧੀਆ ਇਹ ਵੀ ਕੁਐਸਚਨ ਹੈ ਕਿਉਂਕਿ ਅੱਜ ਕੱਲ ਡੀਟੌਕਸ ਹਰ ਜਗ੍ਹਾ ਬਿਲਕੁਲ ਇਹ ਵਰਡ ਕਾਫੀ ਪਪੂਲਰ ਹੋ ਰਿਹਾ ਹੈ ਡੀਟੌਕਸੀਫਿਕੇਸ਼ਨ ਕਰਨੀ ਪੋੜੀ ਜੀ 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 ਦੇਖੋ ਲੀਵਰ ਜਿਹੜਾ ਹੈਗਾ ਹੈ ਨਾ ਜਿੰਨੇ ਜਿੱਦਾਂ ਹੁਣ ਅਸੀਂ ਖਾ ਲਿਆ ਜੀ ਹੈਨਾ ਆਣ ਦੇ ਨਾਲ ਟਾਕਸਿਨਸ ਪੈਦਾ ਹੋ ਗਈਆਂ ਹੁਣ ਟਾਕਸਿਨ ਕਿੱਧਰ ਜਾਣ ਬਿਲਕੁਲ ਉਹਦੇ ਲਈ ਟਾਕਸਿਨਸ ਦੇ ਲਈ ਇਹ ਡੀਟੌਕਸ ਕਰਦਾ ਸਾਡੀ ਬਾਡੀ ਦੇ ਵਿੱਚੋਂ ਉਹਨਾਂ ਨੂੰ ਜਿੱਦਾਂ ਮੈਂ ਦੱਸਿਆ ਕਿ ਆਰਬੀਸੀ ਨੂੰ ਜਾ ਜਿਹੜੀ ਵੇਸਟੇਜ ਆ ਉਹਨੂੰ ਇਹ ਇੱਕ ਤਰ੍ਹਾਂ ਦਾ ਦੁਬਾਰਾ ਅਮੋਨੀਆ ਇੱਕ ਆਉਂਦਾ ਜਦੋਂ ਅਸੀਂ ਕੋਈ ਵੀ ਕੋਈ ਵੀ ਚੀਜ਼ ਖਾਂਦੇ ਆ ਅਮੋਨੀਆ ਪ੍ਰੋਡਿਊਸ ਹੁੰਦੀ ਆ ਹਨਾ ਅਮੋਨੀਆ ਨੂੰ ਯੂਰੀਆ ਚ ਕਨਵਰਟ ਕਰਦਾ ਜੀ ਯੂਰੀਆ ਨੂੰ ਕਿਡਨੀ ਰਾਹੀਂ ਬਾਹਰ ਕੱਢ ਦਿੰਦਾ ਠੀਕ ਹੈ ਥੈਟ ਇਜ਼ ਕਾਲਡ ਡੀਟੌਕਸੀਫਿਕੇਸ਼ਨ ਹਨਾ ਸਾਡੀ ਬਾਡੀ ਦੇ ਵਿੱਚ ਜਿੰਨੀਆਂ ਵੀ ਟੌਕਸਿਨਜ਼ ਪੌਇਜ਼ਨਜ਼ ਬਣਦੀਆਂ ਈਵਨ ਮੈਡੀਸਨ ਦਾ ਹਨਾ ਆਪਾਂ ਜਦੋਂ ਜਦੋਂ ਸਟੀਰੋਇਡ ਸਪੈਸ਼ਲੀ ਖਾਂਦੇ ਆ ਜੀ ਜਿੰਨੀਆਂ ਵੀ ਮੈਡੀਸਨ ਦੇ ਵਿੱਚ ਕੈਮੀਕਲ ਨੇ ਵੀਰ ਜੀ ਅਸੀਂ ਕਈ ਵੇਲੇ ਇਨਹੇਲ ਹੀ ਕਰ ਲੈਂਦੇ ਕੈਮੀਕਲ ਬਿਲਕੁਲ ਇਹ ਸਾਰੀਆਂ ਚੀਜ਼ਾਂ ਨੂੰ ਇਹ ਡੀਟੌਕਸ ਕਰਕੇ ਬਾਡੀ ਚੋਂ ਬਾਹਰ ਕੱਢਦਾ ਇਹ ਬਹੁਤ ਬੜੀਆ ਬਹੁਤ ਵੱਡਾ ਇਹਦਾ ਫੰਕਸ਼ਨ ਹੈ ਜਿਵੇਂ ਆਪਾਂ ਕਈ ਵੇਲੇ ਕਹਿੰਦੇ ਵੀ ਜਿਗਰ ਚ ਜਲਨ ਹੁੰਦੀ ਆ ਰਾਈਟ ਜੀ ਤੇ ਇਹ ਡੀਟੌਕਸਿਟੀ ਡੀਟੌਕਸਿਫਿਕੇਸ਼ਨ ਦਾ ਕੰਮ ਕਰਦਾ ਹੈ ਜੀ ਤੇ ਅਗਰ ਆਪਾਂ ਗੱਲ ਕਰੀਏ ਕਿ ਜਿਹੜੇ ਜਿਗਰ ਦੇ ਖਰਾਬ ਹੋਣ ਦੇ ਜਾਂ ਵਧੀਆ ਕੰਮ ਕਰਨ ਦੇ ਕੁਝ ਸਿੰਪਟਮਸ ਕੋਈ ਲੱਛਣ ਉਹ ਕਿਵੇਂ ਪਤਾ ਲੱਗੂ ਸਾਨੂੰ ਵੀ ਜਿਹੜਾ ਸਾਡਾ ਜਿਗਰ ਆ ਇਹ ਵਧੀਆ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਦੇਖੋ ਇਹ ਜਿਗਰ ਜਿਹੜਾ ਆ ਜਿੱਦਾਂ ਕੰਮ ਐਨੇ ਆ 19 ਦੀ ਸੈਨਸ਼ਿਕਤੇ ਵੀ ਬਹੁਤ ਐ ਅੱਛਾ ਜੀ ਤੇ 90% ਤੱਕ ਜਦੋਂ ਤੱਕ ਇਹ ਡੈਮੇਜ ਨਹੀਂ ਹੋਵੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡਾ ਲਿਵਰ ਡੈਮੇਜ ਹੋ ਰਿਹਾ ਠੀਕ ਹੈ ਜੀ ਪਰ ਫਿਰ ਵੀ ਜਿਹੜੇ ਇਹਦੇ ਸਿੰਪਟਮਸ ਨੇ ਉਹ ਜ਼ਿਆਦਾ ਇਹ ਹੁੰਦਾ ਵੀ ਸਾਡਾ ਡਾਈਜੈਸਟਿਵ ਸਿਸਟਮ ਖਰਾਬ ਹੋ ਗਿਆ ਨਾ ਇੰਡਾਈਜੈਸ਼ਨ ਰਹਿਣ ਲੱਗ ਪਈ ਕਿਸੇ ਦੇ ਸਵੇਲਿੰਗ ਆਉਣ ਲੱਗ ਪੈਂਦੀ ਆ ਖਾਸ ਕਰਕੇ ਪੇਟ ਦੇ ਉੱਤੇ ਹੈ ਨਾ ਇਨਫਲੇਮੇਸ਼ਨ ਹੋ ਜਾਂਦੀ ਆ ਫਿਰ ਜੌਂਡਸ ਦਾ ਕਈ ਵੇਲੇ ਜੇ ਜੇ ਹੁਣ ਜਿੱਦਾਂ ਮੈਂ ਦੱਸਿਆ ਕਿ ਬਾਈਲ ਸਾਲਟ ਜਾਂ ਬਾਈਲ ਜਿਹੜਾ ਜੂਸ ਹੈ ਜੀ ਅਗਰ ਉਹ ਬਾਡੀ ਜ਼ਿਆਦਾ ਬਣਾ ਦੇ ਹੂੰ ਤੁਹਾਡੇ ਆਰਬੀਸੀ ਨੂੰ ਕਨਵਰਟ ਕਰਦਾ ਇਹ ਡੈੱਡ ਨੂੰ ਇਹ ਡੈੱਡ ਨੂੰ ਕਰਦਾ ਪਰ ਕਈ ਵੇਲੇ ਗੁੱਡ ਨੂੰ ਵੀ ਕਰਨ ਲੱਗ ਪੈਂ ਫਿਰ ਉਸ ਦੇ ਨਾਲ ਜੌਂਡਸ ਹੋਣ ਦਾ ਖਤਰਾ ਹੋ ਜਾਂਦਾ ਟਾਇਰਡ ਰਹਿਣਾ ਪੇਸ਼ੈਂਟ ਨੇ ਜਿੱਦਾਂ ਲਿਵਰ ਦੇ ਵਿੱਚ ਹੋਵੇ ਬੁਖਾਰ ਵੀ ਕਈਆਂ ਨੂੰ ਹੋ ਜਾਂਦਾ ਜਦੋਂ ਹੈਪੇਟਾਈਟਸ ਹੁੰਦਾ ਉਹਦੇ ਵਿੱਚ ਬੁਖਾਰ ਦਾ ਬਹੁਤ ਜ਼ਿਆਦਾ ਸਿੰਪਟਮ ਹੋ ਜਾਂਦੇ ਆ ਜੀ ਨਾ ਇੱਕ ਇੱਕ ਪੌਟ ਬੈਲੀ ਅਬਡੋਮਨ ਕਹਿੰਦੇ ਆ ਜਾਂ ਟੰਮੀ ਕਹ ਲਓ ਹਾਂਜੀ ਵੀ ਕਈ ਵਾਰੀ ਢਿੱਡ ਗੋਲ ਜਾ ਹੋ ਜਾਂਦਾ ਹਾਂ दैट इज आल्सो ਕਿ ਲਿਵਰ ਫੰਕਸ਼ਨ ਪ੍ਰੋਪਰ ਨਹੀਂ ਚੱਲ ਰਿਹਾ ਹੈ ਨਾ ਇਹ ਬਾਕੀ ਸਰੀਰ ਪਤਲਾ ਜਾ ਰਹਿ ਜਾਂਦਾ ਤੇ ਸਿਰਫ ਟੰਮੀ ਟੰਮੀ ਦਿਖਦੀ ਟੰਮੀ ਟੰਮੀ ਦਿਸਦੀ ਆ दैट इज ਮੀਨਸ ਕਿ ਉਹਦੇ ਅੰਦਰ ਲਿਵਰ ਦੀ ਥੋੜੀ ਜਹੀ ਪ੍ਰੋਬਲਮ ਹੈ ਜਾਂ ਫੈਟੀ ਲਿਵਰ ਹੈ ਜਾਂ ਲਿਵਰ ਫੰਕਸ਼ਨ ਪ੍ਰੋਪਰ ਨਹੀਂ ਕਰ ਰਿਹਾ ਤੇ ਫਿਰ ਨਾਲ ਇਹ ਵੀ ਆ ਜਾਂਦਾ ਆ ਕਿ ਹੁਣ ਹੁਣ ਆਪਾਂ ਇੱਥੇ ਵੀ ਕਹਾਂਗੇ ਕਿ ਲਿਵਰ ਜਿਹੜਾ ਹੈਗਾ ਆ ਕਿ ਜੇ ਤੁਹਾਨੂੰ ਪ੍ਰੋਬਲਮ ਦਿੰਦਾ ਆ ਤਾਂ ਤੁਹਾਨੂੰ ਬਚਾਉਂਦਾ ਵੀ ਆ ਜਿੱਦਾਂ ਡਾਇਬੀਟਿਸ ਹੋ ਗਈ ਕੋਲੇਸਟ੍ਰੋਲ ਹੋ ਗਿਆ ਹਾਈਪਰ ਟੈਨਸ਼ਨ ਹੋ ਗਈ ਇਹ ਸਾਰਿਆਂ ਦੇ ਵਿੱਚ ਰੋਲ ਕਰਦਾ ਪਦਾ ਐ ਐਕਜ਼ੀਮਾ ਮੈਂ ਦੱਸਿਆ ਕਿ ਥੋੜਾ ਜਿਹਾ ਲਿਵਰ ਦੀ ਵਜ੍ਹਾ ਦੇ ਨਾਲ ਹੋ ਸਕਦਾ ਆ ਇਮਿਊਨ ਸਿਸਟਮ ਦਾ ਅੱਜ ਅੱਜ ਕੱਲ ਬਹੁਤ ਹੁਣ ਪੈਂਡੈਮਿਕ ਚੱਲ ਰਿਹਾ ਆ ਅਗਰ ਲਿਵਰ ਫੰਕਸ਼ਨ ਲੋ ਹੈ ਕਿਸੇ ਦੇ ਕਿਉਂਕਿ ਜਿੰਨਾ ਸੀ ਕੈਮੀਕਲ ਖਾ ਰਹੇ ਆ ਮੈਡੀਸਿਨਸ ਖਾ ਰਹੇ ਆ ਉਹਦੇ ਨਾਲ ਇਮਿਊਨ ਸਿਸਟਮ ਲੋ ਹੁੰਦਾ ਕਿਉਂਕਿ ਉਹ ਲਿਵਰ 'ਚ ਜਾਂਦੀ ਹਰ ਚੀਜ਼ ਨੇ ਲਿਵਰ 'ਚ ਜਾਣਾ ਜੇ ਬੈਡ ਖਾਉਗੇ ਉਹਨੇ ਡੈਮੇਜ ਕਰਨਾ ਹੀ ਕਰਨਾ ਸੋ ਇਦਾਂ ਦੇ ਸਿੰਪਟਮ ਹੁੰਦੇ ਆ ਇਹਦੇ ਬਿਲਕੁਲ ਡਾਕਟਰ ਸਾਹਿਬ ਬਹੁਤ ਵਧੀਆ ਅੱਜ ਟੌਪਿਕ ਅਸਾਂ ਸ਼ੁਰੂ ਕੀਤਾ ਗੱਲਬਾਤ ਵੀ ਕਾਫੀ ਜੀ ਰੋਚਕ ਹੁੰਦੀ ਜਾ ਰਹੀ ਆ ਪਰ ਇੱਥੇ ਇੱਕ ਬ੍ਰੇਕ ਲੈਣੀ ਪੈਣੀ ਹੈ ਔਰ ਬ੍ਰੇਕ ਤੋਂ ਬਾਅਦ ਅਸੀਂ ਇਸ ਗੱਲਬਾਤ ਨੂੰ ਅਸੀਂ ਜਾਰੀ ਰੱਖਾਂਗੇ ਜੀ ਔਰ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿਸ਼ਨ ਡਾਇਰੀ ਤੇ ਬ੍ਰੇਕ ਤੋਂ ਬਾਅਦ ਇਸ ਗੱਲਬਾਤ ਨੂੰ ਅਸੀਂ ਦੁਬਾਰਾ ਜਾਰੀ ਰੱਖਾਂਗੇ ਜੀ ਪ੍ਰੋਗਰਾਮ ਐਡਮਿਸ਼ਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਡੀ ਗੱਲਬਾਤ ਚੱਲ ਰਹੀ ਸੀ ਐਡਮਿਸ਼ਨ ਸ਼ਹਿਰ ਦੇ ਜਾਣੇ ਪਛਾਣੇ ਹੋਮੀਓਪੈਥੀ ਏਕਸਪਰਟ ਡਾਕਟਰ ਪੱਟੀ ਜੀ ਦੇ ਨਾਲ ਜੀ ਬਹੁਤ-ਬਹੁਤ ਧੰਨਵਾਦ ਪੱਟੀ ਸਾਹਿਬ ਅਸੀਂ ਜਿਗਰ ਦੀ ਲੀਵਰ ਦੀ ਫੰਕਸ਼ਨਿੰਗ ਬਾਰੇ ਗੱਲਬਾਤ ਕੀਤੀ ਜੀ ਸਿੰਪਟਮਸ ਦੀ ਗੱਲ ਕੀਤੀ ਵੀ ਸਾਨੂੰ ਕਿਵੇਂ ਪਤਾ ਲੱਗੇ ਵੀ ਸਾਡਾ ਲੀਵਰ ਜਿਹੜਾ ਉਹ ਪ੍ਰੋਪਰ ਕੰਮ ਨਹੀਂ ਕਰ ਰਿਹਾ ਜੀ ਪਰ ਜੇਕਰ ਕੋਈ ਲੀਵਰ ਦੇ ਵਿੱਚ ਪ੍ਰੋਬਲਮ ਆ ਜਾਏ ਰੱਬ ਨਾ ਕਰੇ ਜੀ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ ਜਾਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹਿਊਮਨ ਬਾਡੀ ਨੂੰ ਆ ਸਕਦੀਆਂ ਜੀ ਬਹੁਤ ਵਧੀਆ ਹੈ ਜੀ ਕਿਉਂਕਿ ਜਿਹੜੀ ਲਿਵਰ ਦੀ ਪ੍ਰੋਬਲਮ ਹੈ ਨਾ ਕਈ ਵੇਲੇ ਇਹ ਇਹੋ ਜੀ ਆ ਕਿ 90 ਇਹਦਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ 90% ਜਦ ਤੱਕ ਡੈਮੇਜ ਨਹੀਂ ਹੋਵੇ ਪਤਾ ਹੀ ਨਹੀਂ ਲੱਗਦਾ ਹੈ ਨਾ ਪਰ ਫਿਰ ਵੀ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਸਾਨੂੰ ਜਿੱਦਾਂ ਜੌਂਡਸ ਦਾ ਪ੍ਰੋਬਲਮ ਜਿਆਦਾ ਆ ਸਕਦੀ ਹੈ ਨਾ ਅਗਰ ਲਿਵਰ ਡੈਮੇਜ ਹੁੰਦਾ ਜੀ ਤੇ ਹੈਪੇਟਾਈਟਸ ਸੀ ਤੇ ਬੀ ਜਿਹੜਾ ਹੁੰਦਾ ਆ ਮੋਸਟਲੀ ਇਹ ਵਾਇਰਸ ਹੈਪੇਟਾਈਟਸ ਹੁੰਦਾ ਜੀ ਇਹਦੇ ਵਿੱਚ ਜਿਹੜੀ ਆ ਵਾਇਰਸ ਦੀ وجہ ਨਾਲ ਹੈਪੇਟਾਈਟਸ ਦੇ ਵਿੱਚ ਇਨਫਲੇਮੇਸ਼ਨ ਆ ਜਾਂਦੀ ਆ ਠੀਕ ਹੈ ਤੇ ਜਿਹੜੀ ਮੋਸਟ ਕਾਮਨ ਅੱਜ ਕੱਲ ਆ ਰਹੀ ਉਹ ਫੈਟੀ ਲਿਵਰ ਬਹੁਤ ਆ ਰਿਹਾ ਹੈ ਬਿਲਕੁਲ ਫੈਟੀ ਲਿਵਰ ਦੇ ਨਾਲ ਨਾਲ ਫਿਰ ਉਹਦਾ ਫਾਈਬਰੋਸਿਸ ਤੇ ਸਿਰੋਸਿਸ ਆਫ ਲਿਵਰ ਹੋ ਜਾਂਦਾ ਹੈ ਸਿਰੋਸਿਸ ਦੀ ਜਿਹੜੀ ਲਾਸਟ ਸਟੇਜ ਫਿਰ ਕੈਂਸਰ ਹੋਣ ਦਾ ਵੀ ਲਿਵਰ ਦਾ ਡਰ ਹੁੰਦਾ ਅੱਛਾ ਜੀ ਸੋ ਇਹ ਸਿਰੋਸਿਸ ਆਫ ਲਿਵਰ ਦੇ ਮਤਲਬ ਹੁੰਦਾ ਹੈ ਕਿ ਇੱਕ ਤਰ੍ਹਾਂ ਦਾ ਗਲ ਜਾਣਾ ਲਿਵਰ ਦਾ ਜਾਂ ਸੁੱਕ ਸੁੰਗੜ ਜਾਣਾ ਕਿਹਨਾਂ ਦਾ ਮਤਲਬ ਵੀ ਉਹ ਲਾਸਟ ਸਟੇਜ ਹੋ ਜਾਂਦਾ ਹੈ ਲਾਸਟ ਸਟੇਜ ਜਾਂ ਉਸ ਤੋਂ ਬਾਅਦ ਇਹਦਾ ਕੈਂਸਰ ਹੋਣ ਦਾ ਵੀ ਖਤਰਾ ਹੈ ਜੀ ਤੇ ਤੁਸੀਂ ਜ਼ਿਕਰ ਕਿਵੇਂ ਹੁਣੇ ਕੀਤਾ ਫੈਟੀ ਲਿਵਰ ਦਾ ਜੀ ਫੈਟੀ ਲਿਵਰ ਦਰਸ਼ਕ ਵੀ ਮੇਰੇ ਨਾਲ ਸਹਿਮਤ ਹੋਣਗੇ ਇਸ ਗੱਲ ਤੇ ਵੀ ਅੱਜ ਕੱਲ ਬਹੁਤ ਜ਼ਿਆਦਾ ਕਾਮਨ ਵਰਡ ਹੋ ਗਿਆ ਹੈ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਜਿਹੜੀ ਆ ਉਹ ਸੁਣਨ ਵਿੱਚ ਵੇਖਣ ਵਿੱਚ ਆ ਰਹੀ ਹੈ ਜੀ ਬਿਲਕੁਲ ਆ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਜੇਕਰ ਅਸੀਂ ਅ ਅੱਗੇ ਤਾਂ ਉਮਰ ਹੁੰਦੀ ਸੀ ਹੁਣ ਤਾਂ ਉਮਰ ਵੀ ਨਹੀਂ ਹੈ ਪਰ ਜੇਕਰ ਅਸੀਂ ਕਿਸੇ ਦੀ ਸਕੈਨ ਕਰਾਓ ਤਾਂ ਜੇ ਅਸੀਂ ਕਹੀਏ 100 ਦੀ ਸਕੈਨ ਕਰਾਈ ਤਾਂ 70 ਜਾਂ 75% ਫੈਟੀ ਲਿਵਰ ਆਏਗਾ ਜੀ ਸੋ ਫੈਟੀ ਲੀਵਰ ਜਿਹੜਾ ਹੈਗਾ ਆ ਇਹ ਦਾ ਮਤਲਬ ਇਹ ਹੈ ਕਿ ਫੈਟ ਡਿਪੋਜ਼ਿਟ ਇਨ ਦਾ ਲੀਵਰ ਦੈਟ ਇਜ਼ ਕਾਲਡ ਫੈਟੀ ਲੀਵਰ ਠੀਕ ਹੈ ਠੀਕ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਫੰਕਸ਼ਨ ਦੇ ਵਿੱਚ ਵੀ ਦੱਸਿਆ ਸੀ ਕਿ ਲੀਵਰ ਜਿਹੜਾ ਹੈਗਾ ਆ ਇਹ ਸਾਨੂੰ ਜਿੰਨੀ ਅਸੀਂ ਫੈਟ ਵਾਲੀਆਂ ਚੀਜ਼ਾਂ ਖਾਂਦੇ ਆ ਉਹਨੂੰ ਕਨਵਰਟ ਕਰਕੇ ਆਪਣੇ ਅੰਦਰ ਸਟੋਰ ਕਰ ਲੈਂਦਾ ਸਟੋਰ ਇਸ ਕਰਕੇ ਕਰਦਾ ਹੈ ਕਿ ਜਿਹੜੇ ਸਾਡੇ ਸੈੱਲਾਂ ਨੂੰ ਜਾਂ ਸਾਡੇ ਮਸਲ ਨੂੰ ਜਾਂ ਸਾਡੀ ਬਾਡੀ ਦੇ ਕਿਸੇ ਵੀ ਪਾਰਟ ਨੂੰ ਜਦੋਂ ਇਨ ਬਿਟਵੀਨ ਦਾ ਮੀਲ ਜਦੋਂ ਤੁਹਾਡੇ ਕਿਉਂਕਿ ਸੈੱਲਾਂ ਨੂੰ એનર્ਜੀ ਆਲਵੇ ਚਾਹੀਦੀ ਹੈ ਹੈਨਾ ਇਨ ਬਿਟਵੀਨ ਦਾ ਮੀਲ ਇਹ ਉਹਨਾਂ ਨੂੰ ਦੁਬਾਰਾ ਦੁਬਾਰਾ ਸਪਲਾਈ ਕਰ ਸਕੇ ਪਰ ਆਪਾਂ ਕੀ ਕਰ ਰਹੇ ਆ ਆਪਾਂ ਇਹ ਖਾਣੇ ਆ ਵੀ ਸਵੇਰੇ ਖਾ ਲਏ ਪਰੌਠੇ ਉਹਨਾਂ ਦੀ ਫੈਟ ਦੀ ਸਟੋਰੇਜ ਤਾਂ ਕਰ ਲੈ ਉਹਨੂੰ ਸਟੋਰ ਕਰਨ ਨੂੰ 2 ਘੰਟੇ ਲੱਗੇ ਦੁਬਾਰਾ ਫੇ ਫੈਟ ਵਾਲੀ ਉਹ ਸਟੋਰੀ ਕਰੀ ਜਾਵੇਗਾ ਉਹ ਦੁਬਾਰਾ ਕਿਉਂਕਿ ਮੌਕਾ ਹੀ ਨਹੀਂ ਮਿਲਦਾ ਉਹਨੂੰ ਕੱਢਣ ਦਾ ਉਹ ਮੌਕਾ ਨਹੀਂ ਮਿਲਦਾ ਵੀ ਭਾਈ ਵੀ ਸਪਲਾਈ ਵੀ ਲੈ ਲਊਗਾ ਹਾਂ ਚਾਹੀਦਾ ਇੰਦਾ ਆ ਪੇ ਜਿਹੜੀ ਪਹਿਲੀ ਗੱਲ ਤਾਂ ਫੈਟ ਨੂੰ 19 ਕੇ ਪਾਓ ਜੇਕਰ ਜੇਕਰ ਤੁਹਾਡਾ ਲੱਗਦਾ ਆ ਵੀ ਮੈਂ 7 ਦਿਨ ਲਈ ਵਰਤ ਤੇ ਤਾਂ ਨਹੀਂ ਜਾਣਾ ਹਨਾ ਫੇਰ ਤਾਂ ਤੁਸੀਂ 19 ਕੇ ਪਾਓ ਜੇ ਤੁਹਾਨੂੰ ਲੱਗਦਾ ਵੀ ਮੈਂ 7 ਦਿਨ ਹੁਣ ਅੱਗੇ ਵਰਤ ਤੇ ਜਾਣਾ ਮੈਂ ਖਾਣਾ ਹੀ ਨਹੀਂ ਕੁਝ ਵੀ ਫੇਰ ਬਸ ਸਟੋਰ ਕਰ ਲਓ ਪਰ ਇਹਨੂੰ ਇਸ ਤਰ੍ਹਾਂ ਹੀ ਰੱਖੋ ਕਿ ਜਿਹੜੀ ਫੈਟ ਹੈ ਖਾਸ ਕਰਕੇ ਹਨਾ ਕੋਲੇਸਟ੍ਰੋਲ ਦੀਆਂ ਬਹੁਤ ਪ੍ਰੋਬਲਮਸ ਹੈ ਫੈਟ ਨੂੰ ਉਨਾ ਹੀ ਖਾਓ ਜਿੰਨੀ ਕੇ ਤੁਸੀਂ ਡਾਈਜੈਸਟ ਕਰ ਸਕੋ ਜੀ ਤੇ ਫੈਟ ਲੀਵਰ ਦੀਆਂ ਕੋਈ ਕਿਸਮਾਂ ਵੀ ਹੁੰਦੀਆਂ ਨੇ ਤੇ ਜੇ ਹੁੰਦੀਆਂ ਨੇ ਤੇ ਕੀ ਕਾਰਨ ਕੀ ਆ ਉਹਨਾਂ ਦੇ ਜੀ ਜੀ ਬਿਲਕੁਲ ਇਹਦੀਆਂ ਦੋ ਕਿਸਮਾਂ ਹੁੰਦੀਆਂ ਇੱਕ ਅਲਕੋਹੋਲਿਕ ਫੈਟੀ ਲਿਵਰ ਇੱਕ ਨਾਨ ਅਲਕੋਹੋਲਿਕ ਫੈਟੀ ਹੈ ਹੈਨਾ ਅਲਕੋਹੋਲਿਕ ਜਿੱਦਾਂ ਕਿ ਵਰਲਡ ਤੋਂ ਹੀ ਆਪਾਂ ਨੂੰ ਲੱਗ ਰਿਹਾ ਹੈ ਨਾ ਕਿ ਇਹ ਸ਼ਰਾਬ ਪੀਣਾ ਮੁੱਖ ਕਾਰਨ ਹੋ ਸਕਦਾ ਹੈ ਜਿੰਨੀ ਜਿਹੜਾ ਵੀ ਡਰਿੰਕ ਹੁੰਦੀਆਂ ਨਾ ਅਲਕੋਹਲ ਹੁੰਦੀ ਆ ਇਹ ਜਦੋਂ ਹੀ ਅਸੀਂ ਪੀਨੇ ਆ ਇਹਦਾ ਜਿਹੜਾ ਜਿਹੜਾ ਇਹਦਾ ਫੰਕਸ਼ਨ ਹੈ ਜਦੋਂ ਵੀ ਇਹਨੇ ਜਾਣਾ ਅੰਦਰ ਤਾਂ ਇਹਨੇ ਲਿਵਰ 'ਚ ਜਾਣਾ ਹੀ ਜਾਣਾ ਜੀ ਠੀਕ ਹੈ ਹੁਣ ਜਿਹੜਾ ਬੰਦਾ ਰੋਜ਼ ਡਰਿੰਕ ਕਰਦਾ ਜਾਂ ਇੱਕ ਲਿਮਿਟ ਤੋਂ ਜ਼ਿਆਦਾ ਕਰਦਾ ਉਹ ਆਬਵੀਅਸਲੀ ਹੌਲੀ ਹੌਲੀ ਲਿਵਰ ਦੇ ਜਿਹੜੇ ਸੈੱਲ ਐ ਉਹਨਾਂ ਨੂੰ ਡੈਮੇਜ ਕਰੀ ਜਾਏਗੀ ਹਨਾ ਇਨਫਲੇਮੇਸ਼ਨ ਲਿਵਰ ਦੀ ਫੰਕਸ਼ਨਿੰਗ ਉਧਰ ਪ੍ਰਭਾਵਿਤ ਹੋਣੀ ਪ੍ਰਭਾਵਿਤ ਹੋਏਗੀ ਉਹਦੇ ਨਾਲ ਇਨਫਲੇਮੇਸ਼ਨ ਹੋਏਗੀ ਉਹਦੇ ਜਿਹੜੇ ਆ ਹੌਲੀ ਹੌਲੀ ਉੱਥੇ ਡਿਪੋਜ਼ਿਟ ਫੈਟ ਹੋਣੀ ਸ਼ੁਰੂ ਹੋਏਗੀ ਹੌਲੀ ਹੌਲੀ ਫਿਰ ਉਹ ਨਾ ਅਲਕੋਹੋਲਿਕ ਫੈਟੀ ਲਿਵਰ ਬਣ ਜਾਏਗਾ ਠੀਕ ਐ ਦੂਸਰੀ ਕਿਸਮ ਹੈਗੀ ਨੋਨ ਅਲਕੋਹੋਲਿਕ ਫੈਟੀ ਲਿਵਰ ਹਨਾ ਇਹ ਇਹਦੇ ਬਾਰੇ ਆਪਾਂ ਨੂੰ ਬੜਾ ਭੁਲੇਖਾ ਆ ਹੈ ਹੈਨਾ ਆਪਾਂ ਆਮ ਤੌਰ ਤੇ ਇਹਦੇ ਤੇ ਇਹ ਲਿਖਿਆ ਕਰਦੇ ਕਿ ਮੈਂ ਕਿਹੜਾ ਅਲਕੋਹਲ ਸ਼ਰਾਬ ਪੀਦਾ ਨਾ ਸੁਣਿਆ ਇਹੀ ਹੈ ਵੀ ਸ਼ਰਾਬ ਵਾਲੇ ਨੂੰ ਹੁੰਦੀ ਪ੍ਰੋਬਲਮ ਹੈ ਹੈਨਾ ਲੇਕਿਨ ਇੱਥੇ ਜ਼ਰੂਰੀ ਹੈ ਕਿ ਨੋਨ ਅਲਕੋਹੋਲਿਕ ਫੈਟੀ ਲਿਵਰ ਦੇ ਕੇਸ ਅੱਜਕੱਲ ਜ਼ਿਆਦਾ ਵੱਧ ਰਹੇ ਨੇ ਅੱਛਾ ਜੀ ਹੈਨਾ ਕਿਉਂਕਿ ਜਿਹੜਾ ਜਿਹੜਾ ਲਿਵਰ ਹੈ ਅਗਰ ਇਹ ਵਧੀਆ ਕੰਮ ਕਰ ਰਿਹਾ ਹੈਨਾ ਇਹ ਪ੍ਰੋਪਰ ਕੰਮ ਕਰ ਰਿਹਾ ਸਾਡੇ ਅੰਦਰ ਚਾਰ ਬਿਮਾਰੀਆਂ ਜਿਹੜੀਆਂ ਉਹ ਨਹੀਂ ਆਣਗੀਆਂ ਅੱਛਾ ਜੀ ਹੈਨਾ ਜਿੱਦਾਂ ਡਾਇਬੀਟਿਸ ਹੋ ਗਈ ਹਾਈਪਰ ਟੈਂਸ਼ਨ ਹੋ ਗਈ ਹੈਨਾ ਕੋਲੇਸਟ੍ਰੋਲ ਹੋ ਗਿਆ 슈ਗਰ ਹੋ ਗਈ ਤੇ ਜਿੱਦਾਂ ਕੋਲੇਸਟ੍ਰੋਲ ਹੋ ਗਿਆ ਇਹ ਜਿਹੜੀਆਂ ਪ੍ਰੋਬਲਮਸ ਨੇ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ ਬਲੱਡ ਪ੍ਰੈਸ਼ਰ ਹਾਂਜੀ ਸੋ ਇਹ ਜਿਹੜੀਆਂ ਪ੍ਰੋਬਲਮਸ ਨੇ ਇਹ ਅਗਰ ਕਿਸੇ ਨੂੰ ਹੈ ਤਾਂ ਉਹਨੂੰ ਫੈਟੀ ਲਿਵਰ ਹੋਏਗਾ ਅੱਛਾ ਜੀ ਠੀਕ ਹੈ ਅਗਰ ਫੈ ਲਿਵਰ ਕੰਮ ਨਹੀਂ ਕਰ ਰਿਹਾ ਤਾਂ ਇਹ ਪ੍ਰੋਬਲਮ ਹੋਣਗੀਆਂ ਸੋ ਇਸ ਕਰਕੇ ਇਹ ਇੰਟਰਲਿੰਕ ਹੈ ਸੋ ਜਿੱਦਾਂ ਅਸੀਂ ਮੈਡੀਸਨ ਕੈਮੀਕਲ ਖਾਂਦੇ ਆ ਇਹ ਵੀ ਨਾਨ ਅਲਕੋਹੋਲਿਕ ਫੈਟੀ ਲਿਵਰ ਦਾ ਬਹੁਤ ਵੱਡਾ ਕਾਰਨ ਹੈ ਕਿਉਂਕਿ ਸ਼ਰਾਬ ਅਸੀਂ ਪੀਂਦੇ ਨਹੀਂ ਪਰ ਗੋਲੀਆਂ ਅਸੀਂ ਪੇਨ ਕਿਲਰ ਜਾਂ ਹੋਰ ਜਿੰਨੀ ਵੀ ਜਿਹੜੀ ਵੀ ਚੀਜ਼ ਖਾਂਦੇ ਆ ਉਹਦਾ ਇਫੈਕਟ ਲਿਵਰ ਦੇ ਵਿੱਚ ਹੋਣਾ ਹੀ ਹੋਣਾ ਹੈ ਸੋ ਨਾਨ ਅਲਕੋਹੋਲਿਕ ਫੈਟੀ ਲਿਵਰ ਜਿਹੜਾ ਹੈਗਾ ਆ ਇਹਦਾ ਬਹੁਤ ਹੀ ਜ਼ਿਆਦਾ ਅੱਜ ਕੱਲ ਆ ਰਿਹਾ ਆ ਸੋ ਇਹ ਜ਼ਰੂਰੀ ਹੈ ਇਹਨੂੰ ਵਾਚ ਕਰਨਾ ਠੀਕ ਹੈ ਜੀ ਤੇ ਇਹਦੇ ਸਿੰਪਟਮਸ ਐਨੇ ਨਹੀਂ ਹੁੰਦੇ ਪਰ ਥੋੜੇ ਬਹੁਤ ਇਹ ਹੋ ਸਕਦਾ ਵੀ ਜਿਹੜਾ ਰਾਈਟ ਸਾਈਡ ਦੇ ਉੱਤੇ ਜਿੱਦਾਂ ਮੈਂ ਦੱਸੀ ਸੀ ਦੀ ਲੋਕੇਸ਼ਨ ਕਿ ਰਿਬਸ ਦੇ ਥੱਲੇ ਨੂੰ ਹੁੰਦਾ ਆ ਤਾਂ ਉੱਥੇ ਕਈ ਵੇਲੇ ਕਿਸੇ ਤੇ ਪੇਨ ਹੋ ਸਕਦੀ ਆ ਲिटल ਇਨਫਲੇਮੇਸ਼ਨ ਲिटल ਥੋਟ ਇਨਫਲੇਮੇਸ਼ਨ ਸਵੇਲਿੰਗ ਤੁਹਾਨੂੰ ਥੋੜਾ ਜਿਹਾ ਹਾਰਡ ਜਿਹਾ ਲੱਗ ਸਕਦਾ ਫਟੀਗ ਰਹ ਸਕਦੀ ਆ ਪਰ ਜਿਆਦਾ ਜਿਹੜੇ ਨੋਨ ਐਲਕੋਹੋਲਿਕ ਫੈਟੀ ਲਿਵਰ ਹੈ ਇਹਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਲੇਕਿਨ ਜ਼ਰੂਰੀ ਹੈ ਕਿ ਸਾਡੇ ਬਲੱਡ ਟੈਸਟ ਰੂਟੀਨ ਦੇ ਵਿੱਚ ਜਿਹਨੂੰ ਲੱਗਦਾ ਹੈ ਕਿ ਮੇਰੀ ਮੇਰੀ ਬਾਡੀ ਚ ਫੈਟ ਗੇਨ ਹੋ ਰਹੀ ਹੈ ਨਾ ਮੈਂ ਮੋਟਾ ਹੋ ਰਿਹਾ ਆ ਆਪ ਨਾਲੋਂ ਹਨਾ ਸੋ ਇਹਦਾ ਮਤਲਬ ਇਹੀ ਹੈ ਕਿ ਆਲਰੇਡੀ ਸਟੋਰੇਜ ਹੋ ਚੁੱਕੀ ਹੈ ਲਿਵਰ ਦੇ ਵਿੱਚ ਤੇ ਤੈਨੂੰ ਫੈਟ ਦੀ ਲੋਡ ਨਹੀਂ ਸਾਨੂੰ ਕੱਟ ਕਰਨਾ ਜ਼ਰੂਰੀ ਹੈ ਜੀ ਤੇ ਡਾਕਟਰ ਸਾਹਿਬ ਖੁਦਾ ਨਾ ਖਾਸਤਾ ਮੰਨ ਲਓ ਕਿਸੇ ਸਾਡੇ ਦਰਸ਼ਕ ਨੂੰ ਭੈਣ ਭਰਾ ਨੂੰ ਜੀ ਲਿਵਰ ਦੀ ਪ੍ਰੋਬਲਮ ਆ ਗਈ ਜੀ ਮੰਨ ਲਓ ਜਾਂ ਉਹਦਾ ਡੈਮੇਜ ਹੋਣਾ ਸ਼ੁਰੂ ਹੋ ਗਿਆ ਜੀ possibility ਹੈਗੀ ਆ ਕਿ ਉਸ ਨੂੰ ਰਿਕਵਰ ਕੀਤਾ ਜਾਵੇ ਜਾਂ ਉਹਨੂੰ ਰਿਪੇਅਰ ਕੀਤਾ ਜਾਵੇ ਜਾਂ ਠੀਕ ਹੋ ਜਾਵੇ ਚਲੋ ਇਹ ਦੇਖੋ ਇਹ ਕੁਦਰਤ ਦਾ ਬਹੁਤ ਵੱਡਾ ਆਰਗਨ ਹੈ ਤੇ ਕੁਦਰਤ ਨੇ ਇਹਨੂੰ ਬਣਾਇਆ ਵੀ ਇਸੇ ਤਰ੍ਹਾਂ ਆ ਕਿ ਇਹਨੂੰ ਦੁਬਾਰਾ ਅਸੀਂ ਬਚਾ ਸਕਦੇ ਹਾਂ ਮੈਂ ਇਹ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਲਿਵਰ ਡੈਮੇਜ ਜੇ ਫੈਟੀ ਲਿਵਰ ਵੀ ਹੋ ਗਿਆ ਜਾਂ ਲਿਵਰ ਕੁਝ ਡੈਮੇਜ ਵੀ ਹੋ ਗਿਆ ਤਾਂ ਹੌਸਲਾ ਇੱਥੇ ਛੱਡਣ ਦੀ ਲੋੜ ਨਹੀਂ ਹੈ ਇਹਨੂੰ ਬਚਾਇਆ ਜਾ ਸਕਦਾ ਇਹਨੂੰ ਰਿਵਰਸ ਕੀਤਾ ਜਾ ਸਕਦਾ ਇਹ ਬਿਲਕੁਲ ਤੁਹਾਡੇ ਵੱਸ ਹੈ ਜਿਹੜੇ ਮੈਂ ਪੁਆਇੰਟ ਦੱਸਿਆ ਕਿ ਇਹਨੂੰ ਡੈਮੇਜ ਕਰ ਸਕਦੇ ਆ ਉਹਨਾਂ ਨੂੰ ਆਪਾਂ ਨੂੰ ਅਵੋਇਡ ਕਰਨਾ ਜ਼ਰੂਰੀ ਹੈ ਜਦ ਤੱਕ ਅਸੀਂ ਨੂੰ ਅਵੋਇਡ ਨਹੀਂ ਕਰਾਂਗੇ ਹੁਣ ਜੇ ਸ਼ਰਾਬ ਪੀਣ ਵਾਲਾ ਬੰਦੇ ਨੂੰ ਪਤਾ ਲੱਗ ਗਿਆ ਕਿ ਇਹ ਅਲਕੋਹੋਲਿਕ ਲਿਵਰ ਹੈ ਅਗਰ ਉਹ ਫਿਰ ਡਰਿੰਕ ਕਰੀ ਜਾਂਦਾ ਹੈ ਤਾਂ ਫਿਰ ਤਾਂ ਫਿਰ ਉਹ ਗੱਲ ਹੈ ਨਾ ਸੋ ਇਹਨੂੰ ਬਿਲਕੁਲ ਇਹ ਇਹੋ ਜਿਹਾ ਆਰਗਨ ਹੈ ਕਿ ਇਹਨੂੰ ਦੁਬਾਰਾ ਰੀਜਨਰੇਟ ਕੀਤਾ ਜਾਂਦਾ ਆ ਕਿਸੇ ਦੀ ਹੈਲਪ ਲੈ ਕੇ ਕਿਸੇ ਦਾ ਹੈਲਦੀ ਲਿਵਰ ਹੈ ਉਹਨੂੰ ਆਪਣੀ ਬਾਡੀ ਚ ਪਾ ਕੇ ਇਹਨੂੰ ਦੁਬਾਰਾ ਇਹ ਜੇ ਇਹ ਅੱਗੇ ਮੋਡੀਫਿਕੇਸ਼ਨ ਕਰ ਲੈਂਦਾ ਹੈ ਜੀ ਇਹ ਤੋਂ ਇਹਨੂੰ ਇਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਤੇ ਇਹ ਤਾਂ ਹੋ ਗਈ ਡਾਕਟਰ ਸਾਹਿਬ ਗੱਲ ਵੀ ਜਿਹੜਾ ਡੈਮੇਜ ਹੋ ਗਿਆ ਵਾ ਉਸ ਨੂੰ ਰਿਕਵਰ ਕੀਤਾ ਜਾ ਸਕਦਾ ਜੀ ਇੱਥੇ ਇਹ ਵੀ ਦੱਸ ਦੋ ਸਾਡੇ ਦਰਸ਼ਕਾਂ ਨੂੰ ਜੀ ਕਿ ਕੀ ਚੀਜ਼ਾਂ ਨੇ ਜਿਨ੍ਹਾਂ ਨੂੰ ਖਾਧਾ ਜਾਵੇ ਜਾਂ ਨਾ ਖਾਦਾ ਜਾਵੇ ਜੀ ਤੇ ਸਾਡਾ ਜਿਹੜਾ ਲੀਵਰ ਆ ਉਹਦੀ ਸਿਹਤ ਉਹਦੀ ਤੰਦਰੁਸਤੀ ਬਰਕਰਾਰ ਰਵੇ ਜੀ ਦੇਖੋ ਉਸੇ ਤਰ੍ਹਾਂ ਫਿਰ ਆ ਗਿਆ ਸਭ ਤੋਂ ਪਹਿਲਾਂ ਤਾਂ ਹਨਾ ਜਿਹੜਾ ਹੈਗਾ ਵੀ ਬੋਡੀ ਨੂੰ ਥੋੜਾ ਰਿਲੈਕਸ ਰੱਖਣਾ ਜ਼ਰੂਰੀ ਹੈ ਨਾ ਤੇ ਇਹਦੇ ਵਿੱਚ ਲਾਈਫ ਸਟਾਈਲ ਦਾ ਬਹੁਤ ਵੱਡਾ ਰੋਲ ਹੈ ਜੀ ਜੇ ਤੁਹਾਡੀ ਸਿਡੈਂਟਰੀ ਹੈਬਿਟ ਆ ਤੁਸੀਂ ਬੈਠਣ ਵਾਲੀ ਜੌਬ ਕਰਦੇ ਆ ਤਾਂ ਕਿਸੇ ਨਾ ਕਿਸੇ ਵੀਲੇ 24 ਘੰਟੇ 'ਚ ਅੱਧਾ ਘੰਟਾ ਘੰਟਾ ਜ਼ਰੂਰ ਕੱਢੋ ਕੇ ਰਨਿੰਗ ਕਰੋ ایرੋਬਿਕ ਐਕਸਰਸਾਈਜ਼ਾਂ ਬਹੁਤ ਵਧੀਆ ਯੋਗਾ ਵੀ ਬਹੁਤ ਵਧੀਆ ਹੈ ਨਾ ਸੋ ਐਕਸਰਸਾਈਜ਼ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਸਲੀਪ ਦਾ ਪ੍ਰੋਪਰ ਲੈਣਾ ਕਿਉਂਕਿ ਜੇ ਲਿਵਰ ਨੂੰ ਫੰਕਸ਼ਨ ਕਰਾਉਣੇ ਆ ਕਿਉਂਕਿ ਮੈਂ ਦੱਸੇ 500 ਸੀ ਫੰਕਸ਼ਨ ਨੇ ਜੀ ਤੁਹਾਡਾ ਮਾਈਂਡ ਰਹੀ ਇਹਨੇ ਫੰਕਸ਼ਨ ਕਰਨੇ ਆ ਹਾਂ ਸੋ ਮਾਈਂਡ ਨੂੰ ਰਿਲੈਕਸ ਕਰਨਾ ਬਹੁਤ ਜ਼ਰੂਰੀ ਆ ਤੇ ਜਿਸ ਤਰ੍ਹਾਂ ਇਹਦਾ ਫੈਟੀ ਲਿਵਰ ਦਾ ਸ਼ਬਦੀ ਆ ਇਸੇ ਤਰ੍ਹਾਂ ਸਾਨੂੰ ਡਾਈਟ ਦਾ ਬਹੁਤ ਜ਼ਿਆਦਾ ਇੱਥੇ ਕੰਟਰੋਲ ਰੱਖਣਾ ਜ਼ਰੂਰੀ ਆ ਨਾ ਸੋ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਜੰਕ ਫੂਡ ਆ ਉਹ ਸਾਰਾ ਲਿਵਰ ਲਈ ਜ਼ਹਿਰ ਆ ਠੀਕ ਹੈ ਜੀ ਠੀਕ ਹੈ ਜਾਂ ਅਵੋਇਡ ਕੀਤਾ ਜਾਵੇ ਵੱਧ ਤੋਂ ਵੱਧ ਕੀਤਾ ਜਾਵੇ ਜਿਹਨੂੰ ਫੈਟੀ ਲਿਵਰ ਜਾਂ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਨਾ ਸੋ ਸੁਣ ਲਓ ਜੀ ਨਾ ਤੇ ਖਾਣੇ ਆਪਾਂ 버ਗਰ ਪੀਜ਼ੇ ਨਾ ਫਰਾਈਆਂ ਕੋਲ ਡਰਿੰਕ ਇਹਨਾਂ ਚੀਜ਼ਾਂ ਤੋਂ ਨਾ ਚੀਜ਼ ਖਾਣੀ ਹੈ ਨਾ ਹਾਂਜੀ ਸੋ ਇਹ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਵੀ ਜਿਹੜੀਆਂ ਜਿਹੜੀਆਂ ਹੈਗੀਆਂ ਜਿੱਦਾਂ ਜ਼ਿਆਦਾ ਜਿਹਨੂੰ ਇਸ ਸਟੇਜ ਹੁੰਦੀ ਹੈ ਨਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਲਿਵਰ ਜਿਹੜਾ ਹੈਗਾ ਆ ਫੈਟੀ ਲਿਵਰ ਹੈ ਜਦੋਂ ਹਨਾ ਤਾਂ ਫੈਟੀ ਲਿਵਰ ਨੂੰ ਅਗਰ ਆਪਾਂ ਨਹੀਂ ਕੋਰ ਕਰਦੇ ਜਾਂ ਠੀਕ ਨਹੀਂ ਕਰਦੇ ਤਾਂ ਇਹਦੀ ਜਿਹੜੀ ਅਗਲੀ ਸਟੇਜ ਹੈ ਉਹ ਹੈਗੀ ਆ ਫਾਈਬਰੋਸਿਸ ਆਫ ਲਿਵਰ ਠੀਕ ਹੈ ਸੋ ਉਹਦੇ ਵਿੱਚ ਕੀ ਹੋਣਾ ਹੈ ਕਿ ਲਿਵਰ ਦੇ ਜਿਹੜੇ ਸੈੱਲ ਹੈ ਉਹਨਾਂ ਦੇ ਵਿੱਚ ਫੈਟ ਜਿਹੜੀ ਜੰਮੀ ਹੋ ਸੀ ਉਹਨਾਂ ਨੇ ਅੱਗੇ ਕਨਵਰਟ ਹੋ ਕੇ ਫਾਈਬਰੋਸਿਸ ਮਤਲਬ ਇੱਕ ਤਰ੍ਹਾਂ ਦੀ ਫੈਟ ਹੀ ਵੱਡੇ ਤਰ੍ਹਾਂ ਦੇ ਕਨਵਰਟ ਹੀ ਹੋ ਜਾਣਾ ਸਾਰਾ ਫੈਟ ਦੇ ਵਿੱਚ ਹਨਾ ਜਿਸ ਤਰ੍ਹਾਂ ਮੈਂ ਅੱਗੇ ਫਿਰ ਦੱਸਿਆ ਸੀ ਜੇ ਅਗਰ ਇੱਥੇ ਨਹੀਂ ਆਪਾਂ ਕਰਦੇ ਤਾਂ ਇਹਦਾ ਫਿਰ ਸਿਰੋਸਿਸ ਆਫ ਲਿਵਰ ਹੋਣ ਦਾ ਖਤਰਾ ਜੀ ਸਿਰੋਸਿਸ ਆਫ ਜਦੋਂ ਲਿਵਰ ਹੋ ਜਾਂਦਾ ਫੇਰ ਪਿੱਛੇ ਰਿਵਰਸ ਕਰਨਾ ਬਹੁਤ ਔਖਾ ਹੋ ਜਾਂਦਾ ਸੋ ਇਸ ਕਰਕੇ ਜ਼ਰੂਰੀ ਹੈ ਖੁਰਾਕ ਨੂੰ ਜ਼ਰੂਰੀ ਹੈ ਇੱਥੇ ਧਿਆਨ ਰੱਖਣਾ ਕਿ ਅਗਰ ਡੀਟੌਕਸੀਫਿਕੇਸ਼ਨ ਜਰੂਰ ਕਰਦੇ ਰਹੋ ਜਿਹੜੀ ਹੈਗੀ ਆ ਡਾਈਟ ਜਿਹੜਾ ਹੈ ਖਿਆਲ ਰੱਖੋ ਤਲੀਆਂ ਚੀਜ਼ਾਂ ਮਸਾਲੇ ਜ਼ਿਆਦਾ ਤਲੀਆਂ ਚੀਜ਼ਾਂ ਦਾ ਬਹੁਤ ਆਪਣੇ ਜਿੰਨੀ ਜਿੰਨੇ ਕੋਡਸ ਮਸੇਲ ਹੋ ਜਿਆ ਯਾਰ ਜਿੰਨੇ ਤੇਲ ਹੈ ਸਾਰੇ ਡੈਮੇਜ ਕਰਦੇ ਹਨਾ ਸੋ ਇਹ ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਤੇ ਹੁਣ ਆਪਾਂ ਇੱਥੇ ਇਹ ਕੈਸ ਕਰ ਸਕਦੇ ਆ ਕਿ ਖਾਈਏ ਕੀ ਹੁਣ ਹੈ ਨਾ ਇਹ ਜ਼ਾਹਿਰ ਕੁਐਸਚਨ ਆ ਵੀ ਜੇ ਪਾਬੰਦੀਆਂ ਲੱਗੀਆਂ ਤਾਂ ਹੁਣ ਇਹ ਵੀ ਦੱਸਿਆ ਜਾਵੇ ਕਿ ਕੀ ਖਾਧਾ ਜਾਵੇ ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਦੇਖੋ ਅਸੀਂ ਫਰੈਸ਼ ਨੂੰ ਐਡਵਾਈਸ ਕਰਦੇ ਆ ਕਿ ਹਰ ਇੱਕ ਚੀਜ਼ ਫਰੈਸ਼ ਹੋਣੀ ਚਾਹੀਦੀ ਹੈ ਪਾਣੀ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਹੈ ਨਾ ਪਾਣੀ 3 ਤੋਂ 4 ਲੀਟਰ ਪਰ ਡੇ ਹਰ ਬੰਦੇ ਨੂੰ ਆਪਣੇ ਕੰਮ ਦੇ ਦਾ ਬੋਡੀ ਦੇ ਮਾਸ ਦੇ ਅਕੋਰਡਿੰਗ ਜਿਹੜੇ ਨੇਚਰਲ ਜੂਸ ਹੈ ਉਹ ਬਹੁਤ ਹੈਲਪ ਕਰਦੇ ਆ ਇਹਦੇ ਵਿੱਚ ਹੈਨਾ ਜਿਦਾ ਐਲੋਵੇਰਾ ਜੂਸ ਹੈ ਨਾਰੀਅਲ ਦਾ ਲੈਮਨ ਹੈਗਾ ਇਹ ਬਹੁਤ ਮਤਲਬ ਲੈਮਨ ਪਾਣੀ ਚ ਪਾ ਕੇ ਪੀਓ ਨਾ ਉਹ ਪਾਣੀ ਨਹੀਂ ਬਿਲਕੁਲ ਪਾਣੀ ਪੀਓ ਸੋ ਜੂਸ ਜਿੰਨੇ ਵੀ ਹੈਗੇ ਆ ਜਣੀ ਕਿ ਫਰੈਸ਼ ਹੋਣੇ ਚਾਹੀਦੇ ਆਪ ਕੱਢ ਕੇ ਬਣਾਓ ਹਾਂ ਪ੍ਰੋਸੈਸਡ ਫੂਡ ਨਹੀਂ ਹੋਣਾ ਚਾਹੀਦਾ ਠੀਕ ਹੈ ਜਿਸ ਤਰ੍ਹਾਂ ਪ੍ਰੋਸੈਸਡ ਫੂਡ ਡੈਮੇਜ ਕਰਦਾ ਉਸੇ ਤਰ੍ਹਾਂ ਅਸੀਂ ਕਹਿੰਦੇ ਆ ਕਿ ਫਰੈਸ਼ ਚੀਜ਼ ਖਾਣੀ ਜੀਂ ਕੈਨਡ ਜਿਹੜੇ ਜੂਸ ਨੇ ਉਹ ਨਹੀਂ ਪੀਣੇ ਬਿਲਕੁਲ ਅਸੀਂ ਕੈਨ ਫੂਡ ਪ੍ਰੋਸੈਸਡ ਫੂਡ ਨੂੰ ਟੋਟਲੀ ਫੈਟੀ ਲਿਵਰ ਦਾ ਇੱਕ ਵਜਾ ਮੰਨਦੇ ਆ ਔਰ ਇਹ 100% ਕੈਮੀਕਲੀ ਦੇ ਵਿੱਚ ਪ੍ਰੀਜ਼ਰਵੇਟਿਵ ਨਹੀਂ ਇੰਕਲੋਡ ਕਰਨਾ ਚਾਹੀਦਾ ਬਿਲਕੁਲ ਖਾਣ ਦੇ ਵਿੱਚ ਸਬਜ਼ੀਆਂ ਜਿੰਨੀਆਂ ਵੀ ਹੈਗੀਆਂ ਸਾਰੀਆਂ ਹੀ ਗੁੱਡ ਆ ਠੀਕ ਹੈ ਜੀ ਹਰੀਆਂ ਸਬਜ਼ੀਆਂ ਹਰੀਆਂ ਸਬਜ਼ੀਆਂ ਜੀ ਪਰ ਜੇ ਥੋੜਾ ਜਿਹਾ ਹੋਰ ਆਪਾਂ ਲਾ ਲੈਨੇ ਵੀ ਕਿਹੜੀ ਜ਼ਿਆਦਾ ਵਧੀਆ ਹੈ ਤਾਂ ਕ੍ਰੇਲਾ ਤੇ ਜਿਹਦੇ ਵਿੱਚ ਕੜਤਣ ਹੁੰਦੀ ਹੈ ਉਹ ਜ਼ਿਆਦਾ ਇਹਦੇ ਲਈ ਲਿਵਰ ਨੂੰ ਜ਼ਿਆਦਾ ਲਿਵਰ ਕਿ ਬੋਡੀ ਲਈ ਗੁੱਡ ਹੈ ਕ੍ਰੇਲਾ ਹੋ ਗਿਆ ਮੂਲੀ ਹੋ ਗਈ ਹੈਨਾ ਸੈਲਡ ਸਾਰੇ ਹੀ ਗੁੱਡ ਹੈ ਫਰੂਟ ਸਾਰੇ ਹੀ ਠੀਕ ਹੈ ਪਪੀਤਾ ਸਾਰਿਆਂ ਨਾਲੋਂ ਵਧੀਆ ਹੈ ਲਿਵਰ ਦੇ ਲਈ ਹੈਨਾ ਸੋ ਸੈਲਡ ਫਰੂਟ ਨੂੰ ਆਪਣੀ ਲਾਈਫ ਦੇ ਵਿੱਚ ਐਵਰੀ ਡੇ ਲੈ ਕੇ ਆਓ ਜਿੰਨੀ ਜ਼ਿਆਦਾ ਥੋੜੀ ਬਹੁਤੀ ਇਦਾਂ ਵੀ ਰੱਖੋ ਪੇ ਫਾਸਟਿੰਗ ਜੇਕਰ ਹੋ ਸਕਦੀ ਆ ਸਵੇਰ ਨੂੰ ਜਾਂ ਕਿਸੇ ਵੇਲੇ ਕਈਆਂ ਹੁਣ ਆ ਨਵੀਆਂ ਸਰਚ ਆ ਰਹੀਆਂ ਕਿ ਇੱਕਦਾਂ ਟਾਈਮ ਸਕਿਪ ਕਰ ਲਓ ਆਪਣਾ ਇੱਕਦਾਂ ਬ੍ਰੇਕਫਾਸਟ ਕਰ ਲੋ ਕਦੇ ਲੰਚ ਕਰ ਲੋ ਜਾਂ ਜ਼ਿਆਦਾ ਕਰਕੇ ਇਹ ਰੱਖੋ ਡੀਟੌਕਸ ਹੀ ਕਰਨੀ ਆ ਕਿ ਰਾਤ ਨੂੰ ਜਿਹੜਾ ਹੈਗਾ ਮੀਲ ਖਾਣ ਤੋਂ ਬਾਅਦ 14 ਘੰਟੇ 16 ਘੰਟੇ ਹਫ਼ਤੇ ਚ ਇੱਕ ਦੋ ਦਿਨ ਫਾਸਟਿੰਗ ਜ਼ਰੂਰ ਕਰੋ 14 16 ਘੰਟੇ ਦੇ ਨਾਲ ਲਿਵਰ ਨੂੰ ਥੋੜਾ ਜਿਹਾ ਦੇਖੋ ਇੱਥੇ ਇੱਕ ਹੋਰ ਬੋਲਡ ਹੈ ਕਿ ਇਹ ਜਿਹੜੀ ਹੀਲਿੰਗ ਹੈ ਨਾ ਉਹ ਤੁਹਾਡੇ ਅੰਦਰ ਹੀ ਆ ਬਿਲਕੁਲ ਅਪਾ ਸਿਰਫ ਉਹਨੂੰ ਐਕਸਪੋਜ਼ ਹੀ ਕਰਨਾ ਉਹਨੂੰ ਅੱਗੇ ਲੈ ਕੇ ਆਉਣਾ ਬਾਡੀ ਹੀਲ ਇਟਸੈਲਫ ਬਾਈ ਇਟਸੈਲਫ ਬਿਲਕੁਲ ਇੰਟਰਨਲ ਹੀਲਿੰਗ ਨੂੰ ਹੀ ਆਪਾਂ ਜਿਹੜਾ ਹੈਗਾ ਆ ਅੱਗੇ ਲੈ ਕੇ ਆਉਣਾ ਸੋ ਹੋਮੀਓਪੈਥੀ ਵੀ ਇਸੇ ਤਰ੍ਹਾਂ ਹੈ ਕੰਮ ਕਰਦੀ ਆ ਕਿ ਤੁਹਾਡੀ ਜਿਹੜੀ ਇੰਟਰਨਲ ਹੀਲਿੰਗ ਹੈ ਉਹਨੂੰ ਸਪੋਰਟ ਕਰਦੀ ਆ ਪਰਮਾਤਮਾ ਨੇ ਹਰ ਚੀਜ਼ ਅੰਦਰ ਬਣਾਤੀ ਉਹ ਹੀਲ ਦੀ ਵੀ ਪਰ ਆਪਾਂ ਉਹਨੂੰ ਡੈਮੇਜ ਹੀ ਕਰੀ ਜਾਂਦੇ ਆ ਹੀਲ ਹੋਣ ਦਾ ਮੌਕਾ ਹੀ ਨਹੀਂ ਮਿਲਦਾ ਸੋ ਇਹ ਜ਼ਰੂਰੀ ਆ ਕਿ ਆਪਾਂ ਹੀਲਿੰਗ ਨੂੰ ਜਰੂਰ ਆਪਾਂ ਸਪੋਰਟ ਕਰੀਏ ਫਿਰ ਜਦੋਂ ਡੈਮੇਜ ਜ਼ਿਆਦਾ ਹੋ ਗਿਆ ਫਿਰ ਨਹੀਂ ਆਪਾਂ ਪਿੱਛੇ ਮੁੜ ਸਕਦੇ ਸੋ ਇਹ ਕੁਦਰਤੀ ਤਰੀਕਾ ਵਾ ਕਿ ਅਸੀਂ ਆਪਣੇ ਲਿਵਰ ਨੂੰ ਕਿਵੇਂ ਸਿਹਤਮੰਦ ਰੱਖ ਸਕਦੇ ਬਿਲਕੁਲ ਬਿਲਕੁਲ ਨੇਚਰਲੀ ਆਪਾਂ ਨੂੰ ਡਾਈਟ ਦੇ ਨਾਲ ਇਹਨੂੰ ਬਚਾਇਆ ਜਾ ਸਕਦਾ ਹੈ ਜੀ ਸੋ ਦਰਸ਼ਕਾਂ ਨੂੰ ਕੋਈ ਹੋਰ ਤੁਸੀਂ ਟਿਪਸ ਦੇਣੇ ਚਾਹੋ ਦੇਖੋ ਮੈਂ ਬਿਲਕੁਲ ਜੀ ਲਿਵਰ ਇੱਕ ਬਹੁਤ ਇੰਪੋਰਟੈਂਟ ਆਰਗਨ ਹੈ ਲਿਵਰ ਨੂੰ ਇਹ ਨਾ ਵੇਟ ਕਰੋ ਕਿ ਮੈਂ ਜਦੋਂ 40 ਦਾ ਹੋਊਗਾ ਮੈਂ ਉਦੋਂ ਲਿਵਰ ਨੂੰ ਲਿਵਰ ਬਾਰੇ ਖਿਆਲ ਰੱਖੂੰਗਾ ਬੱਚਿਆਂ ਨੂੰ ਬਹੁਤ ਜ਼ਿਆਦਾ ਲਿਵਰ ਫੈਟੀ ਲਿਵਰ ਜਾਂ ਬੱਚਿਆਂ ਨੂੰ ਫੈਟ ਲਿਵਰ ਦੀਆਂ ਪ੍ਰੋਬਲਮਸ ਆ ਰਹੀਆਂ ਜੰਗਪੁਰ ਬਹੁਤ ਖਾਂਦੇ ਨੇ ਬੱਚੇ ਐਵਰੀ ਡੇ ਹਾਂਜੀ ਐਵਰੀ ਡੇ ਆਪਾਂ ਨੂੰ ਖਿਆਲ ਰੱਖਣਾ ਜ਼ਰੂਰੀ ਹੈ ਡਾਈਟ ਜਿਹੜੀ ਹੈਗੀ ਆ ਉਹ ਜੋ ਖਾਓਗੇ ਉਹ ਹਰ ਚੀਜ਼ ਲਿਵਰ 'ਚ ਜਾਏਗੀ ਜਿੱਦਾਂ ਦਾ ਖਾਓਗੇ ਉਦਾਂ ਦਾ ਬੀਜੂਗੇ ਉਦਾਂ ਦਾ ਕੱਢੂਗੇ ਸੋ ਇਹ ਜ਼ਰੂਰੀ ਆ ਐਵਰੀ ਡੇ ਲਿਵਰ ਨੂੰ ਆਪਾਂ ਬਚਾਈਏ ਹੈਲਦੀ ਰਹੀਏ ਇਮਿਊਨ ਸਿਸਟਮ ਨੂੰ ਤਕੜਾ ਰੱਖੀਏ ਤਾਂ ਕਿ ਆਪਾਂ ਹੋਰ ਪਤਾ ਨਹੀਂ ਕਿੰਨੇ ਪੈਂਡੇਮਿਕ ਹੋਰ ਆਉਣੇ ਆ ਪਤਾ ਨਹੀਂ ਕੀ ਕੀ ਤਿਆਰੀਆਂ ਚੱਲ ਰਹੀਆਂ ਹੈ ਸੋ ਇਸ ਕਰਕੇ ਬਚਾਉਣਾ ਜ਼ਰੂਰੀ ਹੈ ਸੋ ਚੰਗਾ ਖਾਓ ਚੰਗਾ ਤੇ ਵਧੀਆ ਸਿਹਤ ਡੈਫੀਨੇਟਲੀ ਤੁਹਾਨੂੰ ਮਿਲੇਗੀ ਜੀ ਬਿਲਕੁਲ ਰਿਜ਼ਲਟ ਵੀ ਬਿਲਕੁਲ ਚੰਗੇ ਹੀ ਮਿਲਣਗੇ ਜੀ ਜੀ ਤੋ ਡਾਕਟਰ ਸਾਹਿਬ ਜਾਣ ਤੋਂ ਪਹਿਲਾਂ ਇੱਕ ਕਰੀ ਆਪਣਾ ਸੰਪਰਕ ਨੰਬਰ ਦਰਸ਼ਕਾਂ ਨਾਲ ਜਲਦੀ ਸਾਂਝਾ ਕਰ ਦਿਓ ਜੀ ਜੀ ਬਿਲਕੁਲ ਜੀ ਮੈਂ ਐਡਮਿੰਟਨ ਦੇ ਵਿੱਚ ਐ ਤੇ ਮੇਰਾ ਨਾਮ ਡਾਕਟਰ ਅਵਤਾਰ ਸਿੰਘ ਪੱਟੀ ਐ ਤੇ ਮੇਰਾ ਫੋਨ ਨੰਬਰ ਹੈਗਾ 7805047808 ਮੈਨੂੰ ਕਿਸੇ ਵੇਲੇ ਵੀ ਫੋਨ ਕੀਤਾ ਜਾ ਸਕਦਾ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੇ ਮਸ਼ਰੂਫੀਅਤ ਭਰੇ ਸਮੇਂ ਦੇ ਵਿੱਚੋਂ ਟਾਈਮ ਕੱਢਿਆ ਸਾਡੇ ਦਰਸ਼ਕਾਂ ਦੇ ਰੂਬਰੂ ਹੋਰ ਔਰ ਇਨੀਆਂ ਵਧੀਆ ਜਿਹੜੀਆਂ ਗੱਲਾਂ ਬਾਤਾਂ ਨੇ ਇਹਨੀ ਇਨਫੋਰਮੇਟਿਵ ਜਿਹੜੀ ਜਾਣਕਾਰੀ ਆ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਜੀ ਦਾ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਜੀ ਤੁਹਾਡਾ ਤੇ ਪੰਜਾਬੀ ਨੈਸ਼ਨਲ ਇੰਟਰਨੈਸ਼ਨਲ ਚੈਨਲ ਦਾ ਵੀ ਜੀ ਸੋ ਇਸਨ ਡਾਕਟਰ ਅਵਤਾਰ ਸਿੰਘ ਪੱਟੀ ਜਿਹੜੇ ਕੈਡਮਿੰਟਨ ਸ਼ਹਿਰ ਦੇ ਜਾਣੇ ਪਛਾਣੇ ਹੋਮੋਪੈਥੀ ਐਕਸਪਰਟ ਹਨ ਅੱਜ ਅਸੀਂ ਇਹਨਾਂ ਨਾਲ ਲੀਵਰ ਬਾਰੇ ਜਿਗਰ ਬਾਰੇ ਵੱਖ-ਵੱਖ ਗੱਲਾਂ ਬਾਤਾਂ ਕੀਤੀਆਂ ਕਿ ਲੀਵਰ ਨੂੰ ਕੀ ਕੀ ਪ੍ਰੋਬਲਮਸ ਹੋ ਸਕਦੀਆਂ ਹਨ ਇਹਦੀ ਫੰਕਸ਼ਨਿੰਗ ਕੀ ਹੈ ਔਰ ਕਿਵੇਂ ਅਸੀਂ ਆਪਣੇ ਲੀਵਰ ਦੀ ਸਾਂਭ ਸੰਭਾਲ ਕਰ ਸਕਦੇ ਹਾਂ ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਦੇ ਰਹੀਂ ਦੱਸ ਸਕਦੇ ਜੇ ਕਿ ਕਿਹੜੇ ਕਿਹੜੇ ਹੋਰ ਸਿਹਤ ਸੰਬੰਧੀ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈਏ ਮੈਨੂੰ ਮਜੀਤ ਸਿੰਘ ਫਿਰਮਾਨ ਨੂੰ ਇੱਥੇ ਹੀ ਦਉ ਜੀ ਇਜਾਜ਼ਤ ਧੰਨਵਾਦ